ਪਹਿਲਾਂ ਬੈਲਟ ਲੱਗੀ ਸੀ, ਪਹਿਲਾਂ ਬੈਲਟ ਲੱਗੀ ਸੀ, 5 ਸਾਲ ਤੋਂ ਲਗਾਤਾਰ ਲੱਗੀ ਸੀ। ਦਿਖਾਇਓ ਜ਼ਰਾ ਪਹਿਲਾਂ ਬੈਲਟ ਕਿੱਥੇ ਲੱਗੀ ਰਹੀ ਨਹੀਂ ਸੀ, ਇਹ ਗੋਡੇ 'ਤੇ ਲਾਈ ਸੀ, ਇੱਥੇ ਬੈਲਟ ਲਾਈ ਸੀ, ਨਿਸ਼ਾਨ ਵੀ ਪਿਆ ਪਿਆ ਜੀ, ਬੈਲਟ ਬੈਲਟ 'ਤੇ ਨਿਸ਼ਾਨ ਪੈ ਗਿਆ ਸੀ। ਕਿੰਨੇ ਫੀਸਦ ਤੁਸੀਂ ਮੰਨਦੇ ਹੋ ਰੁਪਈਏ 'ਚੋਂ? 60% ਠੀਕ ਹੈ ਹੁਣ। ਕਿੰਨੇ ਦਿਨਾਂ 'ਚ? ਇੱਕ ਹਫ਼ਤਾ ਹੋ ਗਿਆ ਸਮਝੋ। ਇੱਕ ਹਫ਼ਤੇ 'ਚ 5 ਸਾਲ ਦੀ ਪ੍ਰੋਬਲਮ ਸੀ ਅਤੇ ਤੁਸੀਂ 60% ਠੀਕ ਮੰਨਦੇ ਹੋ? ਹਾਂਜੀ ਹਾਂਜੀ। ਬਜ਼ੁਰਗ ਆਇਆ ਸੀ ਇਹਨਾਂ ਵਰਗਾ, ਪਹਿਲੇ ਦਿਨ ਤੁਸੀਂ ਲਾ ਕੇ ਸਿੱਟ ਗਿਆ, ਆਹ ਦਲਾ ਮੁੜ ਕੇ ਉਹ ਬੈਲਟ ਮੈਨੂੰ ਕਹਿੰਦਾ ਨਵੀਂ ਹੈ। ਨਵੀਂ ਹੈ, ਨਵੀਂ ਲਾਈ ਵੀ ਸੀਗੀ, ਇਹ ਕਈ ਸੋਟੀਆਂ ਪਈਆਂ ਬਾਬੇ ਨੇ ਤਾਂ ਕੌਲੇ ਨਾਲ ਲਾਈਆਂ ਹੋਈਆਂ। ਤੋ ਦੇਖੋ ਤੁਸੀਂ ਪ੍ਰਧਾਨ ਜੀ ਜਿਹੜੇ ਇੱਥੇ, ਉਹਨਾਂ ਦਾ ਕਹਿਣਾ ਕਿ ਬੈਲਟ ਉਹ ਪਹਿਲੇ ਦਿਨ ਤੋਂ ਹੀ ਇੱਥੇ ਉਤਾਰ ਦਿੰਦੇ ਨੇ ਜਿਸ ਤਰੀਕੇ ਨਾਲ ਬਾਪੂ ਜੀ ਨੇ ਦੱਸਿਆ, ਔਰ ਨਾਲ ਇਹ ਡਾਂਗਾ ਸੋਟੀਆਂ ਵੀ ਇਕੱਠੇ ਕਰੀ ਫਿਰਦੇ ਨੇ। ਬਸ ਐਂ ਆਉਂਦੇ ਨੇ, ਇਹ ਲੈ ਬਈ, ਮੈਂ ਕਹਿੰਦਾ ਫੜਾ ਉਰੇ, ਆਹ ਮਾਈਆਂ ਆਉਂਦੀਆਂ, ਸੋਟੀਆਂ ਵੀ ਰਖਾ ਲੈਂਦਾ, ਬੈਲਟਾਂ ਵੀ ਰਖਾ ਲੈਂਦਾ, ਹਾਲੇ ਤਾਂ ਮੈਂ ਗੋਡਿਆਂ ਵਾਲੇ ਵੜੇ ਪਏ ਹੋਣੇ ਅੰਦਰ, ਲਹਾ ਦਿੰਦੇ ਪਹਿਲੇ ਦਿਨ ਤੋਂ ਲਹਾ ਦੀ। ਕੀ ਕਰਦੇ? ਕੀ ਮਸਾਜ ਗੋਡਿਆਂ 'ਤੇ? ਤੁਸੀਂ ਵੀ ਮਸਾਜ ਕਰਾਈ? ਮੈਂ ਮਸਾਜ ਕਰਾਈ ਹੈ। ਕਿੰਨੇ ਦਿਨ ਹੋ ਗਏ ਤੁਹਾਨੂੰ? ਮੈਨੂੰ 5 ਦਿਨ ਹੋ ਗਏ। 5 ਦਿਨ ਹੋ ਗਏ, ਕੁਛ ਫਰਕ ਲੱਗਦਾ ਹੈ? ਮਾੜਾ ਮੋਟਾ ਫਰਕ ਹੈ ਅਭੀ। ਫਰਕ ਹੈਗਾ? ਹਾਂ ਹੈ। ਕਿੰਨੇ ਟਾਈਮ ਦੀ ਪ੍ਰੋਬਲਮ ਹੈ? ਪ੍ਰੋਬਲਮ ਤੋਂ 18-19 ਸਾਲ ਤੇ ਹੈ ਮੈਨੂੰ। 18-19 ਸਾਲ ਤੋਂ ਗੋਡੇ ਐਂ ਰਗੜੀ ਜਾ ਰਹੇ ਹੋ? ਗੋਡੇ ਡਿਸਕ ਪ੍ਰੋਬਲਮ ਹੈ ਮੈਨੂੰ ਸਰ, ਸਭ ਕੁਝ ਆ। ਮਤਲਬ 18-19 ਸਾਲ ਦੀ ਤੁਹਾਡੀ ਪ੍ਰੋਬਲਮ ਹੈ ਜਿਹੜੀ ਤੁਸੀਂ ਇਹ ਕਹਿ ਰਹੇ ਹੋ ਵੀ 5-4 ਦਿਨਾਂ 'ਚ ਠੀਕ ਹੋਣੀ ਸ਼ੁਰੂ ਹੋ ਗਈ ਹੈ? ਹਾਂ, ਫਰਕ ਪੈਣ ਲੱਗ ਗਿਆ ਬਈ ਥੋੜ੍ਹਾ ਥੋੜ੍ਹਾ। ਹਾਂਜੀ। ਸਾਡੇ ਮਾਤਾ ਜੀ ਇੱਕ ਦੱਸ ਰਹੇ ਸੀ ਕਿ ਉਹ ਮੂੰਹ ਦੇ ਵਿੱਚ ਜਿਹੜੇ ਤੁਪਕੇ ਪਾਉਣ ਨੂੰ ਤੁਸੀਂ ਦਿੰਦੇ ਹੋ, ਉਹ ਕੀ ਚੀਜ਼ ਹੈ? ਉਹ ਹੈ ਵੈਰੀਕੋਜ ਹੈ। ਬਹੁਤ ਭੈਣਾਂ ਨੂੰ ਵੈਰੀਕੋਜ ਦੀ ਸਮੱਸਿਆ, ਸਿਆਟਕਾ ਪੇਨ। ਕੀ ਹੁੰਦਾ ਜੀ ਸਿਆਟਕਾ ਪੇਨ? ਉਹ ਇੱਕ ਕਿਸੇ ਲੱਤ ਦੀ ਨਾ ਨਸ ਬਲੌਕ ਹੁੰਦੀ ਹੈ ਜਿਹਨੂੰ ਡਾਕਟਰ ਸਿਆਟਕਾ ਪੇਨ ਕਹਿੰਦੇ। ਵੈਰੀਕੋਜ ਹੁੰਦਾ, ਕਈ ਭੈਣਾਂ ਦੇ ਲੀਲੀਆਂ ਲਾਈਨਾਂ ਲੱਤਾਂ 'ਤੇ ਹੁੰਦੀਆਂ ਨੇਗੀਆਂ, ਹੈ ਨਾ, ਇਹ ਉਹ ਬਲੌਕਜ ਨੂੰ ਖੋਲਦੀ ਹੈ। 100% ਰਿਜ਼ਲਟ ਆ, 100%। ਪ੍ਰਧਾਨ ਜੀ ਬਹੁਤ ਵੱਡੀ ਗੱਲ ਕਹਿ ਰਹੇ ਹੋ। ਗੱਲ ਹੈ, ਪੈਸੇ ਵਾਪਸ ਕਰ ਦੂੰਗਾ ਫਰੂਕੀ ਸਾਹਿਬ। ਕਿਆ ਗੱਲ ਕਰਦੇ ਹੋ, ਪਤੀ ਨਹੀਂ ਲੱਗਦਾ ਪੇਸ਼ੈਂਟ ਆ ਕੇ ਮੈਨੂੰ ਕੀ ਕਹਿੰਦੇ, ਮੇਰੇ ਆਹ ਵੀ ਚੀਜ਼ ਦਾ ਫਾਇਦਾ ਹੋ ਗਿਆ ਜੀ। ਲੈਣੀ ਕਿਵੇਂ ਹੈ ਜੀ? ਆਹ ਡਰੋਪਰ ਹੈਗਾ, ਇੱਕ ਤਾਂ ਨਜੀਬ ਬੂੰਦਾ ਜੀਬ, ਇੰਨਾ ਕੀ ਕੰਮ ਇਹ ਕੀ ਕਰੂਗੀ? ਬੂੰਦਾ ਕੀ ਕਰਦੀ? ਬਲੌਕ ਜੀ ਖੋਲਦੀ ਹੈ। ਗੋਡਿਆਂ ਦਾ ਗਰੀਸ ਤਾਂ ਸੀਗਾ ਹੀ ਸੀਗਾ ਆਪਣੇ ਕੋਲ, ਆਪਾਂ ਧੁੰਨੀ ਦਾ ਗਰੀਸ ਵੀ ਬਣਾ ਰਿਹਾ। ਪਹਿਲਾਂ ਗੋਡਿਆਂ ਦੀ ਗਰੀਸ ਅਤੇ ਹੁਣ ਧੁੰਨੀ ਵਾਲੀ ਗਰੀਸ? ਧੁੰਨੀ ਵਾਲਾ ਗਰੀਸ ਪੰਜਾਬੀ 'ਚ ਤਾਂ ਇਹੀ ਗਏ ਨਾ, ਧੁੱਲੀ, ਇਹ ਦਾ ਨਾਂ ਅਸੀਂ ਰੱਖਿਆ ਬੈਲੀ ਬਟਨ। ਕਈ ਵਾਰ ਹੁੰਦਾ ਜੀ ਬੰਦਾ ਰਾਤ ਨੂੰ ਸੌਂਦਾ 7-8 ਘੰਟੇ ਨੀਂਦ ਲਈ, ਅਤੇ ਉਸ ਤੋਂ ਬਾਅਦ ਜਦੋਂ ਸਵੇਰੇ ਉੱਠਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਸੌ ਕੇ ਉੱਠਿਆ ਜਾਂ ਕੰਮ ਕਾਰ ਤੋਂ ਆਇਆ, ਜਾਣ ਹੀ ਨਹੀਂ ਹੁੰਦੀ ਸਰੀਰ 'ਚ, ਉਹਦੇ 'ਤੇ ਕੰਮ ਕਰੇਗਾ? ਰਾਤ ਨੂੰ ਪੈਣ ਲੱਗੇ ਧੁੰਨੀ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਸਾਫ਼ ਕਰਨ ਤੋਂ ਬਾਅਦ ਇੱਕ ਡਰੋਪ ਇਹਦਾ ਸਿੱਟ ਕੇ ਹਲਕੇ ਹਲਕੇ ਮਸਾਜ ਕਰ ਦਿਓ, ਤੜਕੇ ਨੂੰ ਚਮਤਕਾਰ ਦੇਖਿਓ। ਇਹ ਫਰੂਕੀ ਸਾਹਿਬ ਇਹ ਕੀ ਕਰਦਾ, ਸਰੀਰ ਦੀਆਂ ਜਿਹੜੀਆਂ 72,000 ਨਾੜੀਆਂ ਉਹਨਾਂ ਦੀ ਜੜ 'ਚ ਜਦੋਂ ਪੈ ਜਾਂਦਾ ਇਹ ਨਸਾਂ ਖੋਲ ਦਿੰਦਾ। ਦਿਖਾਇਓ ਕਿਸ ਤਰ੍ਹਾਂ ਦੀ ਹੈ, ਇਹਨੂੰ ਮਾੜਾ ਜਿਹਾ ਪੱਕ ਦਿਖਾਇਓ। ਇੰਨੀ ਕੀ ਲਾਉਣੀ ਹੈ ਜੀ? ਇੰਨੀ ਬਸ। ਲੋਕ ਕਹਿੰਦੇ ਨੇ ਨਾ ਗਰੀਸ ਕਿਵੇਂ ਅੰਦਰ ਵਗ ਜੂਗਾ, ਮੈਨੂੰ ਬੜੇ ਸਵਾਲ ਕਰਦੇ ਆ ਵੀ ਉਹ ਗਰੀਸ ਐਂ ਅੰਦਰ ਕਿਵੇਂ ਵਗ ਜੂਗਾ ਜੀ। ਜਦੋਂ ਭਾਈ ਸਾਹਿਬ ਸਰੀਰ ਦਾ ਪਸੀਨਾ ਬਾਹਰ ਆ ਸਕਦਾ ਹੈ ਤਾਂ ਇਹ ਨਹੀਂ ਜਾ ਸਕਦਾ। ਸਰਕਾਰ ਤੋਂ ਪਾਸ ਕਰਾਇਆ ਹੋਇਆ ਪ੍ਰੋਡਕਟ ਹੈ, ਕੋਈ ਇੱਦਾਂ ਦੀ ਨਹੀਂ ਹੈਗਾ ਵੀ ਇਹ ਕੜਾਹੀ 'ਚ ਬਣਾ ਉਬਾਲ ਕੇ ਬਣਾ ਲਿਆ ਫਰੂਕੀ ਸਾਹਿਬ। ਮੈਂ ਕਹਿੰਦਾ ਕੰਮ ਨਾ ਕਰੇ ਫਰੂਕੀ ਸਾਹਿਬ, ਪੈਸੇ ਵਾਪਸ ਦਿਓ ਤੂੰ, ਇੰਨਾ ਜ਼ਬਰਦਸਤ ਰਿਜ਼ਲਟ ਹੈ।
ਜੇ ਕਿਸੇ ਨੇ ਟ੍ਰਾਇਲ ਲੈਣਾ ਹੋਵੇ, ਵਰਤ ਕੇ ਦੇਖਣੀ ਹੋਵੇ, ਇੱਥੇ ਆ ਕੇ ਉਹ ਲਵਾ ਸਕਦਾ ਤੁਹਾਡੇ ਕੋਲ? ਮੈਂ ਫ੍ਰੀ ਲਾਊਂਗਾ, ਕੋਈ ਪੈਸਾ ਨਹੀਂ, ਕੋਈ ਪੈਸਾ ਨਹੀਂ, ਕਲੀਨਿੰਗ 'ਤੇ ਆਵੇ, ਮੈਂ ਫ੍ਰੀ ਲਾਊਂਗਾ ਉਹਦੇ। ਸਰ ਜਿਵੇਂ ਸਵੇਰ ਤੋਂ ਸ਼ਾਮ ਤੱਕ ਗੱਡੀ ਚੱਲਦੀ ਹੈ, 100-150 ਕਿਲੋਮੀਟਰ ਗੱਡੀ ਚੱਲਦੀ ਹੈ, ਅਤੇ ਬੈਠੇ ਬੈਠੇ ਕੰਮ ਹੈ ਸਾਰਾ, ਤਾਂ ਪਿੱਠ ਦੁਖਦੀ ਸੀ, ਨਾਲੇ ਲੱਤਾਂ 'ਚ ਪੀੜ ਆਉਂਦੀ ਸੀ ਉਹਦੀ ਪਿੱਠ ਦੀ, ਲੋਅਰ ਬੈਕ ਤੋਂ ਸ਼ੁਰੂ ਹੁੰਦੀ ਪੇਨ, ਫਿਰ ਇੱਧਰ ਲੱਤਾਂ ਮੈਂ ਫਰੰਟ 'ਚ ਆਉਂਦੀ ਰਹੀ, ਬਸ ਉਹੀ ਪ੍ਰੋਬਲਮ ਸੀ, ਉਹਨੂੰ ਲੈ ਕੇ ਆਏ। ਉਹਦੇ ਕੰਮ ਤੁਹਾਡਾ ਕੈਟਰਿੰਗ ਦਾ? ਕੈਟਰਿੰਗ ਦਾ ਕੰਮ ਹੈ ਜੀ। ਕਿੰਨੀ ਗੱਡੀ ਚਲਾਉਂਦੇ ਹੋ? 100-150 ਕਿਲੋਮੀਟਰ ਚੱਲਦੀ। 150 ਕਿਲੋਮੀਟਰ। ਦਰਦ ਕਿੰਨਾ ਕੁ ਰਹਿੰਦਾ ਤੁਹਾਨੂੰ? ਦਰਦ ਸਰ ਠੀਕ ਹੁੰਦਾ ਜੀ, ਦਰਦ ਜ਼ਿਆਦਾ ਹੁੰਦਾ, ਉੱਠ ਬਹਿ ਨਹੀਂ ਹੁੰਦਾ। ਹੁਣ ਫਿਰ ਤੁਸੀਂ ਸਾਡੇ ਕੋਲ ਆਏ ਹਾਂ, ਆਪਾਂ ਤੁਹਾਡੀ ਮਸਾਜ ਕਰਨ ਲੱਗੇ ਹਾਂ, ਅਤੇ ਇਹਦੇ ਵਿੱਚ ਸਾਨੂੰ ਦੱਸਣਾ ਜ਼ਰੂਰ ਵੀ ਕਿੰਨਾ ਕੁ ਸਾਨੂੰ ਫਰਕ ਹੈ, ਕੀ ਹੈ ਸਰ? ਅੱਜ ਮੈਂ ਤੀਜਾ ਦਿਨ ਹੈ ਜੀ, ਤੀਜੇ ਦਿਨ ਮਿਲਾਉਣ ਆਇਆ ਮੈਂ, ਅਤੇ ਫਰਕ ਹੈਗਾ, ਤਾਂ ਹੀ ਮੈਂ ਅੱਗੇ ਦੁਬਾਰਾ ਪੂਰਾ ਹਫ਼ਤਾ ਤਾਂ ਲਾ ਕੇ ਜਾਊਂਗਾ। ਸਲਾਮ ਨਮਸਤੇ, ਸਤਿ ਸ਼੍ਰੀ ਅਕਾਲ, ਹਕੀਕਤ ਟੀ ਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਇੱਦਾਂ ਦੀਆਂ ਦਿੱਕਤਾਂ, ਇੱਦਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਲੈ ਕੇ ਲੋਕ ਨੇ ਪ੍ਰਧਾਨ ਜੀ ਹੋਰਾਂ ਕੋਲ ਇੱਥੇ ਆਉਂਦੇ ਨੇ, ਭਾਈ ਜੈਤਾ ਜੀ ਗੁਰਦੁਆਰਾ ਫੇਸ 3 ਦੇ ਮੋਹਾਲੀ ਦੇ ਵਿੱਚ, ਅਤੇ ਕਨਵਰਸੇਸ਼ਨ ਮੈਂ ਸੁਣ ਰਿਹਾ ਸੀ ਭਰਾ ਦੀ, ਕੀ ਪ੍ਰੋਬਲਮ ਹੋਈ ਹੈ, ਕੀ ਗੱਲਬਾਤ ਹੋਈ ਹੈ, ਅਤੇ ਤੀਸਰੇ ਦਿਨ ਉਹ ਕਿਵੇਂ ਆਏ ਨੇ, ਅਤੇ ਪ੍ਰਧਾਨ ਜੀਆਂ ਨੂੰ ਇਹਨਾਂ ਦੀ ਗੱਲਬਾਤ, ਇਹਦੀ ਮਸਾਜ ਕਰਨ ਦਾ ਕੀ ਤਰੀਕਾ ਹੈਗਾ? ਅਸੀਂ ਉੱਥੇ ਪਹੁੰਚੇ ਹਾਂ ਜਿੱਥੇ ਗੋਡਿਆਂ ਦੇ ਉੱਤੇ ਗਰੀਸ ਲਾ ਕੇ, ਨਾ ਇਹਨਾਂ ਦਾ ਦਾਅਵਾ ਹੈ ਕਿ ਨਾ ਓਪਰੇਸ਼ਨ, ਨਾ ਟੀਕਾ, ਨਾ ਦਵਾਈ, ਗਰੀਸ ਲਾ ਕੇ ਜਿਹੜੇ ਦਰਦ ਹੈਗੇ ਨੇ ਉਹ ਦੂਰ ਕੀਤੇ ਜਾਂਦੇ ਨੇ। ਸਾਡੇ ਨਾਲ ਇੱਕ ਭਰਾ ਹੈਗਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਕੀ ਨਾਂ ਹੈ, ਕੀ ਗੱਲ ਕਰ ਰਹੇ ਸੀ ਤੁਸੀਂ ਇਹਨਾਂ ਨਾਲ? ਸਰ ਮੈਂ ਆਪਣੀ ਜਿਹੜੀ ਪ੍ਰੋਬਲਮ ਹੈ ਕਮਰ ਦੀ, ਅਤੇ ਅੱਗੇ ਜਿਹੜੀ ਪੀੜ ਆਉਂਦੀ ਹੈ ਮੈਨੂੰ, ਮੈਨੂੰ ਵੀ ਸ਼ਾਟਿਕਾ ਦੀ ਪ੍ਰੋਬਲਮ ਦੱਸੀ ਸੀ ਕਿ ਸ਼ਾਟਿਕਾ ਨਰਵ ਦੀ ਪ੍ਰੋਬਲਮ ਹੈ ਜਿਹਦੇ ਕਰਕੇ ਦਰਦ ਹੁੰਦਾ। ਫਿਰ ਮੈਂ ਯੂਟਿਊਬ ਵੀਡੀਓ 'ਚ ਇਹਨਾਂ ਦੀ ਇੱਕ ਵੀਡੀਓ ਮੈਨੂੰ ਮੇਰੀ ਵਾਈਫ ਨੇ ਦਿਖਾਈ ਆ, ਅਤੇ ਉਹਦੇ ਵਿੱਚ ਉਹਨਾਂ ਦਾ ਐਡਰੈਸ ਆਉਂਦਾ ਸੀਗਾ ਥੱਲੇ, ਉਹੀ ਐਡਰੈਸ ਦੇਖ ਕੇ ਮੈਂ ਖਰੜ ਤੋਂ ਇੱਧਰ ਆਇਆ, ਨੇੜੇ ਪੈਂਦਾ ਮੈਨੂੰ ਨਾਲੇ। ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਤੁਸੀਂ ਪਹਿਲੇ ਦਿਨ ਆਏ ਸੀ? ਕੀ ਪਹਿਲੇ ਦਿਨ ਕਿਸ ਹਾਲਾਤ 'ਚ ਆਏ ਸੀ? ਕਮਰ ਦਰਦ ਮੈਨੂੰ ਸਵੇਰ ਤੋਂ ਸ਼ਾਮ ਤੱਕ ਕਹਿ ਲਓ ਕਿ ਪੀੜ ਰਹਿੰਦੀ ਹੈ ਜੀ, ਸਵੇਰ ਤੋਂ ਸ਼ਾਮ, ਰਾਤੀ ਪੇਨ ਕਿਲਰ ਖਾ ਕੇ ਸੋ, ਫਿਰ ਅਗਲੇ ਦਿਨ ਕੰਮ ਤੇ ਜਾਓ। ਪ੍ਰਧਾਨ ਜੀ ਮੈਨੂੰ ਪਹਿਲੇ ਦਿਨ ਮਿਲਿਆ, ਪਹਿਲੇ ਦਿਨ ਆਇਆ ਸੀਗਾ ਉਦੋਂ ਡਾਕਟਰ ਸਾਹਿਬ ਨਹੀਂ ਸੀਗੇ ਉਰੇ, ਪਰ ਫਿਰ ਵੀ ਮੈਂ ਮਾਲਿਸ਼ ਕਰਾ ਕੇ ਗਿਆ, ਦੂਏ ਦਿਨ ਵੀ ਕਰਾ ਕੇ ਗਿਆ, ਤੀਜਾ ਦਿਨ ਮੈਨੂੰ ਡਾਕਟਰ ਸਾਹਿਬ ਆਪ ਮਿਲੇ ਨੇ, ਤੇ ਅੱਜ ਵੀ ਕਰਾ ਕੇ। ਕੰਮ ਕੀ ਕਰਦੇ ਹੋ ਤੁਸੀਂ? ਮੇਰਾ ਕੇਟਰਿੰਗ ਦਾ ਕੰਮ ਹੈ ਜੀ, ਸਵੇਰ ਤੋਂ ਸ਼ਾਮ ਤੱਕ ਗੱਡੀ ਚੱਲਦੀ ਹੈ। ਭਾਰ ਵੀ ਚੱਕਣਾ ਪੈਂਦਾ, ਗੱਡੀ ਵੀ ਚਲਾਉਣੀ ਪੈਂਦੀ ਕੁਛ ਹੈ ਜੀ, ਪੂਰਾ ਰਾਸ਼ਨ ਪਾਣੀ ਇਕੱਠਾ ਕਰਨਾ ਸਵੇਰ ਤੋਂ ਸ਼ਾਮ ਤੱਕ, 200 ਬੰਦੇ ਦਾ, 400 ਬੰਦੇ ਦਾ ਖਾਣਾ ਕਰਨਾ, ਫਿਰ ਇੰਨਾ ਕੁ ਸਮਾਨ ਤਾਂ ਜੋੜਨਾ ਪੈਂਦਾ ਹੈ। ਤੁਹਾਨੂੰ ਫਰਕ, ਤੁਹਾਨੂੰ ਅਜੇ ਤੀਸਰਾ ਦਿਨ ਹੈਗਾ, ਪਹਿਲੇ ਟਾਈਮ, ਵੈਰੀ ਫਸਟ ਟਾਈਮ ਤੁਹਾਨੂੰ ਕਦੋਂ ਲੱਗਿਆ ਸੀ ਵੀ ਯਾਰ ਫਰਕ ਹੈ, ਤਾਂ ਮੈਨੇ ਪੇਨ ਕਿਲਰ ਨਹੀਂ ਲਈ? ਉਹ ਤਾਂ ਪਹਿਲੇ ਦਿਨ ਹੀ ਜੀ, ਪਹਿਲੇ ਦਿਨ ਇਹ ਦਵਾਈ ਦਾ ਅਸਰ ਜਿਹੜਾ ਨਾ, ਮਤਲਬ ਇੱਕ ਤਾਂ ਇਹ ਲਾਉਣ ਤੋਂ ਬਾਅਦ ਨਹਾਉਣਾ ਨਹੀਂ ਹੁੰਦਾ, ਕਿਉਂਕਿ ਅਸਰ ਜਿਹੜਾ ਉਹ 3-4 ਘੰਟੇ ਤੱਕ ਰਹਿੰਦਾ ਹੈ, ਫਿਰ ਬਾਅਦ 'ਚ ਪਤਾ ਲੱਗਦਾ ਕਿ ਹੁਣ ਦਵਾਈ ਦਾ ਅਸਰ, ਮਤਲਬ ਜਿਹੜੀ ਇੱਕ ਖੁਸ਼ਬੂ ਜੀ ਹੈ ਉਹ ਖਤਮ ਹੋ ਜਾਂਦੀ ਹੈ, ਫਿਰ ਪਤਾ ਲੱਗਦਾ ਕਿ ਹੁਣ ਦਵਾਈ ਦਾ ਅਸਰ ਨਹੀਂ ਆ, ਅਦਰਵਾਈਜ਼ ਇਹ ਲੱਗਦਾ ਕਿ ਦਵਾਈ ਅਸੇ ਵੀ ਅਸਰ ਕਰ ਰਹੀ ਹੈ। ਹਾਂਜੀ ਹਾਂ, ਉਸ ਤੋਂ ਬਾਅਦ ਫਿਰ ਪਰਮਾਨੈਂਟ ਠੀਕ ਹੋਣ ਵੱਲ ਚਲਾ ਜਾਂਦਾ ਸਿਸਟਮ। ਜੀ ਜੀ ਜੀ। ਅੱਛਾ ਅੱਛਾ ਪ੍ਰਧਾਨ ਜੀ, ਜਿਹੜੇ ਲੋਕ ਸਾਡੇ ਬਹੁਤ ਸਾਰੇ ਇੱਦਾਂ ਦੇ ਵੀਰ ਹੈਗੇ ਨੇ, ਬੜੇ ਮਿਹਨਤਕਸ਼ ਹੈਗੇ ਨੇ, ਜਿਨ੍ਹਾਂ ਨੂੰ ਸਵੇਰੇ ਆਪਣੇ ਕੰਮ 'ਤੇ ਜਾਣ ਤੋਂ ਪਹਿਲਾਂ ਗੋਲੀ ਹੈ ਜਿਹੜੀ ਉਹ ਖਾਣੀ ਪੈਂਦੀ, ਜਿਸ ਤਰੀਕੇ ਨਾਲ ਇਸ ਵੀਰ ਨੇ ਦੱਸਿਆ, ਫਿਰ ਇਸੇ ਤਰੀਕੇ ਨਾਲ ਮਸਾਜ ਕਰਦੇ ਹੋ, ਕਰਦੇ ਕੀ ਹੋ, ਕੀ ਲਾਉਣੇ, ਉਹੀ ਗਰੀਸ ਸੀ? ਪਹਿਲਾਂ ਤਾਂ ਮੈਨੂੰ ਹਕੀਕਤ ਟੀਵੀ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ, ਹਰ ਤਰ੍ਹਾਂ ਦੀ ਤਰ੍ਹਾਂ ਤੁਸੀਂ ਵੀ ਜਦੋਂ ਵੀ ਕਿਤੇ ਮੈਂ ਕੋਈ ਪ੍ਰੋਗਰਾਮ ਕਰਦਾ,
ਜਾਂ ਕਿਸੇ ਵੀ ਕਲੀਨਿਕ ਦੇ ਤੁਸੀਂ ਮੇਰੀ ਸਾਥ ਦੇਣ ਲਈ ਤੁਸੀਂ ਜ਼ਰੂਰ ਪਹੁੰਚਦੇ ਹੋ। ਅੱਜ ਬੜਾ ਤੁਸੀਂ ਅਚਾਨਕੀ ਸਫ਼ਾ ਮਾਰ ਲਿਆ, ਕੋਈ ਆਪਾਂ ਨੂੰ ਹੈ ਹੀ ਨਹੀਂ ਸੀ, ਪਲਾਨ ਕਰਕੇ ਤਾਂ ਹੈ ਹੀ ਨਹੀਂ ਸੀਗਾ, ਮੈਂ ਤਾਂ ਵੈਸੇ ਬੈਠਾ ਸੀ, ਤੁਸੀਂ ਆ ਗਏ। ਹਾਲਾਂਕਿ ਮੈਂ ਵੀਰਵਾਰ ਵਾਲੇ ਦਿਨ ਮੈਂ ਬਰਨਾਲੇ ਹੁੰਦਾ ਗਾ, ਪਰ ਅੱਜ ਤਾਂ ਕੁਦਰਤੀ ਮੈਂ ਇੱਥੇ ਸੀ, ਤੁਸੀਂ ਵੀ ਪਤਾ ਨਹੀਂ ਕਿੱਦਾਂ ਅਚਾਨਕੀ ਆ ਗਏ, ਅਤੇ ਉਸ ਕਰਕੇ ਅਚਾਨਕ ਹੀ ਪਹੁੰਚਦੇ ਹਾਂ ਜੀ, ਪਹੁੰਚਦੇ ਵੀ ਤੁਸੀਂ ਅਚਾਨਕੀ ਹੋ, ਵੀ ਕਹਿ ਰਿਹਾ ਨਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਤੁਸੀਂ ਮੇਰਾ ਸਪੋਰਟ ਦੇਣ ਕਰਨ ਲਈ ਵਾਸਤੇ ਮੇਰੇ ਨਾਲ ਸਾਥ ਦਿੰਦੇ ਹੋਗੇ। ਜੋ ਸੱਚਾਈ ਹੈ, ਜੋ ਸੱਚਾਈ ਹੈ ਉਹ ਤੁਸੀਂ ਉਹ ਦਿਖਾਉਂਦੇ ਹੋ, ਮੈਂ ਇਸ ਚੀਜ਼ ਤੋਂ ਬੜਾ ਖੁਸ਼ ਹਾਂ। ਲੋਕਾਂ ਦੇ ਸਵਾਲ ਤੁਸੀਂ ਮੈਨੂੰ ਖੁਦ ਪੁੱਛਦੇ ਹੋ, ਤਿੱਖੇ ਸਵਾਲ ਵੀ ਤੁਹਾਡੇ ਹੁੰਦੇ ਆ, ਮੈਂ ਸਾਰੇ ਮੈਨੂੰ ਮੈਂ ਬੜਾ ਖੁਸ਼ ਹਾਂਗਾ, ਠੀਕ ਹੈ। ਜੋ ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ, ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਝੂਠ ਬਹੁਤ ਵਿਕਦਾ, ਸੱਚ ਨੂੰ ਦਵਾਇਆ ਜਾਂਦਾ, ਪਰ ਆਪਾਂ ਜੋ ਹੈਗਾ ਸੱਚ ਲੈ ਕੇ ਆਏ ਹਾਂ, ਤੁਸੀਂ ਉਹ ਸੱਚ ਨੂੰ ਦਿਖਾ ਰਹੇ ਹੋ ਲੋਕਾਂ ਤੱਕ, ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ। ਆਹ ਵੀਰ ਆਇਆ ਸੀ, ਕਈ 3 ਦਿਨ ਬਾਅਦ ਮਸਾਜ ਕਰਾ ਗਿਆ, ਇਹ ਕਹਿੰਦਾ ਮੇਰੇ ਗੋਡੇ ਦੁਖਦੇ ਆ, ਮੋਢੇ ਦੁਖਦੇ ਆ, ਪਿਛਲਾ ਬੈਕ ਪੇਨ ਬੜੀ ਸੀਗੀ, ਮੈਂ ਇੱਥੋਂ ਮੇਰੀ ਗੈਰ ਹਾਜ਼ਰੀ ਤੋਂ ਇਹ 2 ਵਾਰ ਮਸਾਜ ਕਰਾ ਗਿਆ, ਪਹਿਲੇ ਦਿਨ ਤੋਂ ਉਹਨੂੰ ਫਰਕ ਪਿਆ, ਆਹ 3 ਦਿਨ ਆ ਤੁਹਾਨੂੰ ਸਾਰਾ ਕੁਝ ਆਪ ਹੀ ਦੱਸ ਰਿਹਾ ਹੈਗਾ। ਇਸ ਤੋਂ ਬਾਅਦ ਤੁਸੀਂ ਹੋਰ ਦੇਖਿਓ ਰੁਕੀ ਸਾਹਿਬ, ਅਗਲੀ ਵਾਰ ਹੀ ਗੋਡਿਆਂ ਦਾ ਗਰੀਸ ਤਾਂ ਸੀਗਾ ਹੀ ਸੀਗਾ ਆਪਣੇ ਕੋਲ, ਆਪਾਂ ਧੁੰਨੀ ਦਾ ਗਰੀਸ ਵੀ ਬਣਾ ਲਿਆ। ਕਿਹੜਾ ਗਰੀਸ ਜੀ? ਧੁੰਨੀ ਚ ਲਾਉਣ ਵਾਲਾ ਗਰੀਸ ਵੀ ਬਣਾ ਲਿਆ, ਜਿਹੜਾ ਨਿੱਚ ਲਾਉਣ ਵਾਲਾ ਗਰੀਸ, ਨਿੱਚ ਲਾਉਣ ਵਾਲਾ ਗਰੀਸ ਜਿਹਨੂੰ ਅਸੀਂ ਬੈਲੀ ਬਟਨ ਗਰੀਸ ਨਾਂ ਰੱਖਿਆ, ਉਹਦਾ ਬੈਲੀ ਬਟਨ ਗਰੀਸ ਹੈ ਜਿਹੜਾ 72,000 ਨਾੜੀਆਂ ਨੂੰ ਸਰੀਰ ਦੇ ਨੂੰ ਸਾਰਿਆਂ ਨੂੰ ਐਂ, ਜਿਵੇਂ ਗੱਡੀ ਨੂੰ ਗਰੀਸ ਦੀ ਲੋੜ ਹੈ ਜਾਂ ਓਇਲ ਦੀ ਲੋੜ ਹੈ, ਮੁਗਲੈਲ ਦੀ ਲੋੜ ਹੈ, ਉਸ ਤਰ੍ਹਾਂ ਸਾਡੇ ਸਰੀਰ ਨੂੰ ਵੀ ਇਸ ਗਰੀਸ ਦੀ ਲੋੜ ਹੈ, ਧੁੰਨੀ ਨਾਭੀ ਨੂੰ ਵੀ ਲੋੜ ਹੈ। ਆ ਜਾਓ, ਮੈਂ ਤੁਹਾਨੂੰ ਉੱਥੇ ਦਿਖਾਉਣਾ। ਚਲੋ ਉਹ ਵੀ ਅਸੀਂ ਦੇਖਦੇ ਹਾਂ, ਬਹੁਤ ਬਹੁਤ ਸ਼ੁਕਰੀਆ ਬ੍ਰਦਰ ਤੁਹਾਡੇ ਸਾਰੀ ਗੱਲਬਾਤ ਦੇ ਲਈ। ਸੋ ਇਹਨਾਂ ਦੇ ਮਾਤਾ ਜੀ ਵੀ ਇੱਥੇ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਕੈਮਰੇ ਦੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ, ਉਹ ਵੀ ਆਪਣੇ ਗੋਡੇ ਜਿਹੜੇ ਇੱਥੋਂ ਸੈੱਟ ਕਰਾ ਕੇ ਜਿਹੜੇ ਉਹ ਆਏ ਸੀ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ, ਇਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਮੀਨਾ ਦੇਵੀ। ਅੱਛਾ, ਮੀਨਾ ਦੇਵੀ, ਕੀ ਪ੍ਰੋਬਲਮ ਹੈ ਬੇਟੇ ਨੂੰ? ਬੇਟੇ ਨੂੰ ਪ੍ਰੋਬਲਮ ਗੋਡੇ 'ਚ ਹੈ, ਕਮਰ ਵਿੱਚ ਹੈਗੀ ਹੈ। ਕਮਰ 'ਚ ਦਰਦ ਹੈ? ਹਾਂਜੀ। ਕਿੰਨਾ ਜ਼ਿਆਦਾ? ਦਵਾਂਦਾ ਹੀ ਰਹਿੰਦਾ ਹੈ, ਬੋਲਦਾ ਦਵਾਈ ਲਗਾ ਦਿਓ, ਇਹ ਕਰ ਦਿਓ, ਸੋ ਕਰ ਦਿਓ, ਇਸ ਕਰਕੇ ਫਿਰ ਅਸੀਂ ਇਹ ਵੀਡੀਓ ਦੇਖੀ ਤੇ ਵੀ ਅੱਛਾ, ਫਿਰ ਇਸ ਕਰਕੇ ਅਸੀਂ ਇੱਧਰ ਪਹੁੰਚਣ ਨੇ ਆ ਕੇ। ਅੱਛਾ, ਤੇ ਤੁਸੀਂ ਵੀ ਮਸਾਜ ਕਰਾਈ? ਮੈਂ ਮਸਾਜ ਕਰਾਈ ਹੈ ਮੇਰੀ। ਕਿੰਨੇ ਦਿਨ ਹੋ ਗਏ ਤੁਹਾਨੂੰ? ਮੈਨੂੰ 5 ਦਿਨ ਹੋ ਗਏ। 5 ਦਿਨ ਹੋ ਗਏ? ਹਾਂ। ਅੱਛਾ, ਕੁਝ ਫਰਕ ਲੱਗਦਾ ਹੈ? ਮਾੜਾ ਮੋਟਾ ਫਰਕ ਹੈ ਅਭੀ। ਫਰਕ ਹੈਗਾ? ਹਾਂ ਹੈ। ਕਿੰਨੇ ਟਾਈਮ ਦੀ ਪ੍ਰੋਬਲਮ ਹੈ? ਪ੍ਰੋਬਲਮ ਤੋਂ 18-19 ਸਾਲ ਤੇ ਹੈ ਮੈਨੂੰ। 18-19 ਸਾਲ ਤੋਂ ਗੋਡੇ ਐਂ ਰਗੜੀ ਜਾ ਰਹੇ ਹੋ? ਗੋਡੇ ਡਿਸਕ ਪ੍ਰੋਬਲਮ ਹੈ ਮੈਨੂੰ ਸਰ, ਸਭ ਕੁਝ ਆ। ਮਤਲਬ 18-19 ਸਾਲ ਦੀ ਤੁਹਾਡੀ ਪ੍ਰੋਬਲਮ ਹੈ ਜਿਹੜੀ ਤੁਸੀਂ ਇਹ ਕਹਿ ਰਹੇ ਹੋ ਵੀ 5-4 ਦਿਨਾਂ 'ਚ ਠੀਕ ਹੋਣੀ ਸ਼ੁਰੂ ਹੋ ਗਈ ਹੈ? ਹਾਂ, ਫਰਕ ਪੈਣ ਲੱਗ ਗਿਆ ਬਈ ਥੋੜ੍ਹਾ ਥੋੜ੍ਹਾ। ਹਾਂਜੀ। ਅੱਛਾ, ਜਿਹੜੀ ਤੁਹਾਡੇ ਵਰਗੀਆਂ ਸਾਡੀਆਂ ਮਾਵਾਂ ਹੈਗੀਆਂ ਨੇ, ਸਾਡੀਆਂ ਭੈਣਾਂ ਹੈਗੀਆਂ ਨੇ, ਜਿਹੜੀਆਂ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕੀ ਕਹੋਗੇ ਤੁਸੀਂ? 18 ਸਾਲ ਬਹੁਤ ਹੁੰਦੇ ਨੇ ਮਾਤਾ ਜੀ। ਹਾਂਜੀ, ਬਹੁਤ ਹੁੰਦੇ 18 ਸਾਲ। ਬੱਚੇ ਨੇ ਬਸ ਟਿਊਬਾਂ ਟਿਆਬਾਂ ਲਗਾ ਕੇ, ਕੋਈ PGI ਦਿਖਾਇਆ, ਚੰਡੀਗੜ੍ਹ 'ਚ ਜਿਤਨੇ ਵੀ ਹੋਸਪਿਟਲ ਹੈ ਹਰੇਕ ਹੋਸਪਿਟਲ ਵਿੱਚ ਦਿਖਾਇਆ, ਸਭ ਕੁਛ ਕੀਤਾ। ਮੈਂ ਦਵਾਈ ਦਵੂਈ ਛੋੜ ਕੇ ਬੈਠ ਗਈ ਸੀਗੀ ਘਰੇ, 3 ਮਹੀਨੇ ਹੋ ਗਏ ਮੈਨੂੰ, ਮੈਂ ਦਵਾਈ ਛੋੜੀ ਹੋਈ ਹੈ। ਮਤਲਬ ਇੰਨਾ ਅੱਕ ਗਈ ਸੀ? ਹਾਂ, ਇਤਨਾ ਅੱਕ ਗਈ ਹੈ ਦਵਾਈ ਖਾਣ ਤੋਂ। ਫਿਰ ਇਸ ਤੋਂ ਬਾਅਦ ਬੱਚੇ ਨੇ ਕਿਹਾ, ਕਹਿੰਦੇ ਮੰਮੀ ਚਲੋ ਉੱਧਰ ਚਲਦੇ ਹਾਂ, ਵੀਡੀਓ ਦਿਖਾਈ ਇਹਨਾਂ ਨੇ। ਫਿਰ ਮੈਂ ਇੱਧਰ ਆਈ, ਮੈਨੂੰ ਅੱਜ 6ਵਾਂ ਦਿਨ ਹੈ, 6ਠੇ ਦਿਨ ਅੱਜ ਮੈਂ ਫਿਰ ਮਾਲਿਸ਼ ਕੀਤੀ। ਫਿਰ ਕਹਿੰਦੇ ਬਈ ਇੱਕ ਹਫ਼ਤਾ ਕਰਵਾ ਲਓ ਤੁਸੀਂ, ਉਸ ਤੋਂ ਬਾਅਦ ਬਈ ਦਵਾਈ ਲੈ ਜਾਓ, ਘਰ ਬੈਠ ਕੇ ਮਾਲਿਸ਼ ਵੀ ਕਰੋ, ਗੋਲੀ ਹੈ ਇੱਕ ਗੋਲੀ ਵੀ ਖਾਓ, ਔਰ ਇੱਕ ਇਹ ਡਰੋਪਸ ਹੈਗੀ ਹੈ, ਇਹ ਡਰੋਪਸ ਵੀ ਪੀਓ, 3 ਬੂੰਦੇ ਹੈ ਉਹ ਰੋਜ਼ ਡੇਲੀ 24 ਘੰਟੇ ਇੱਕ ਵਾਰ ਪੀਣੀ ਹੈ, ਬੂੰਦਾ 3 ਬੂੰਦਾ। ਉਹਦੇ ਨਾਲ ਵੀ ਫਰਕ ਪਿਆ ਤੁਹਾਨੂੰ? ਬੋਡੀ 'ਚ ਚੇਂਜਸ ਕੀ ਆਈਆਂ ਨੇ? ਇਹ ਹੈ ਬੋਡੀ 'ਚ ਇਹ ਜਿਹੜੀ ਕਾਲੀ ਕਾਲੀ ਨਾੜ ਹੈਗੀ ਆ, ਇਹ ਕਹਿੰਦੇ ਖੁੱਲ ਜਾਣਗੀਆਂ ਸਾਰੀਆਂ, ਇਸ ਕਰਕੇ ਉਹ ਬੂੰਦਾ। ਕੁਛ ਇਹਦੇ 'ਚ ਫਰਕ ਜਿਹੜਾ ਬੂੰਦਾ ਪੀਣ ਨਾਲ ਕੁਛ? ਇਹਦੇ ਵਿੱਚ ਤਾਂ ਕੋਈ ਫਰਕ ਨਹੀਂ ਮੈਨੂੰ ਲੱਗਿਆ ਨਾ,
ਪਰ ਜਿਹੜੇ ਸਰੀਰ ਵਿੱਚ ਮੈਨੂੰ ਜ਼ਿਆਦਾ ਦਰਦ ਹੁੰਦੀਆਂ ਉਸ 'ਤੇ ਮੈਨੂੰ ਥੋੜ੍ਹਾ ਰਾਹਤ ਹੈ। ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਤਸਵੀਰਾਂ ਨੇ ਅਸੀਂ ਤੁਹਾਨੂੰ ਜਿਹੜੀ ਇਸ ਵੇਲੇ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ। ਸੋ ਇੱਕ ਬਾਪੂ ਜੀ ਨੇ, ਉਹ ਵੀ ਸਾਡੇ ਨਾਲ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਰਵੇਲ ਸਿੰਘ ਜੀ। ਅੱਛਾ, ਰਵੇਲ ਸਿੰਘ। ਅੱਛਾ, ਕਿੱਥੋਂ ਆਏ ਹੋ ਤੁਸੀਂ? ਇੱਥੇ ਹੀ ਲੋਕਲ ਹੀ ਆ, ਮੋਹਾਲੀ ਤੋਂ ਹੀ। ਲੋਕਲ ਮੋਹਾਲੀ ਤੋਂ? ਕੀ ਪ੍ਰੋਬਲਮ ਲੈ ਕੇ ਆਏ ਸੀ ਬਾਪੂ ਜੀ ਜਦੋਂ ਤੁਸੀਂ ਇੱਥੇ ਆਏ ਸੀ, ਅਤੇ ਹੁਣ ਕੀ ਗੋਡਿਆਂ 'ਚ ਦਰਦ ਹੁੰਦੀ ਸੀ? ਅੱਛਾ ਜੀ। ਮਤਲਬ ਤੁਰ ਫਿਰ ਤਾਂ ਲੈਂਦਾ ਹੀ ਸੀ, ਵੈਸੇ ਦਰਦ ਰਹਿੰਦੀ ਸੀ। ਅੱਛਾ। ਅਤੇ ਕਈ ਜਗ੍ਹਾ ਦਿਖਾਇਆ, ਆਰਾਮ ਆਇਆ ਨਹੀਂ। ਅੱਛਾ। ਅਤੇ ਫਿਰ ਹੁਣ ਇਹਨਾਂ ਨੇ ਬੈਲਟ ਵੀ ਉਤਰਵਾ ਤੀ, ਅਤੇ ਮੈਂ ਠੀਕ ਹੈ, ਚੱਲ ਫਿਰ ਸਕਦਾ। ਪਹਿਲਾਂ ਬੈਲਟ ਲੱਗੀ ਸੀ? ਪਹਿਲਾਂ ਬੈਲਟ ਲੱਗੀ ਸੀ, 5 ਸਾਲ ਤੋਂ ਲਗਾਤਾਰ ਲੱਗੀ ਸੀ। ਮਤਲਬ 5 ਸਾਲ ਤੋਂ ਲਗਾਤਾਰ? ਸੱਜੇ ਗੋਡੇ ਨੂੰ, ਖੱਬੇ ਗੋਡੇ ਨੂੰ ਬਾਪੂ ਜੀ? ਇਹ ਸੱਜੇ ਨੂੰ। ਸੱਜੇ ਵਾਲੇ? ਅੱਛਾ, ਹੁਣ ਤਾਂ ਤੁਸੀਂ ਭੁੱਲ ਗਏ ਵੀ ਸੱਜੇ ਲੱਗੇ ਸੀ। ਸੱਜੇ ਨੂੰ ਲੱਗੀ ਵੀ ਸੀ, ਅਤੇ ਇਹਨਾਂ ਨੇ ਪਹਿਲਾਂ ਤਾਂ ਬੈਲਟ ਦੇ ਕੇ ਕਿਹਾ ਬੈਲਟ ਲਾਣੀ ਨਹੀਂ ਹੁਣ। ਅੱਛਾ। ਉਹ ਫਿਰ ਉਦਨ ਦੀ ਮਾਲਿਸ਼ ਕਰਾ ਰਹੇ ਹਾਂ, ਠੀਕ ਹੈ ਵੈਸੇ ਹੁਣ। ਕਿੰਨੇ ਫੀਸਦ ਤੁਸੀਂ ਮੰਨਦੇ ਹੋ ਰੁਪਈਏ 'ਚੋਂ? 60% ਠੀਕ ਹੈ ਹੁਣ। ਕਿੰਨੇ ਦਿਨਾਂ 'ਚ? ਇੱਕ ਹਫ਼ਤਾ ਹੋ ਗਿਆ ਸਮਝੋ। ਇੱਕ ਹਫ਼ਤੇ 'ਚ 5 ਸਾਲ ਦੀ ਪ੍ਰੋਬਲਮ ਸੀ, ਅਤੇ ਤੁਸੀਂ 60% ਠੀਕ ਮੰਨਦੇ ਹੋ? ਹਾਂਜੀ ਹਾਂਜੀ। ਕੰਮ ਕੀ ਕਰਦੇ ਹੋ ਤੁਸੀਂ? ਕੰਮ ਤਾਂ ਫਰੂਟ ਦੀ ਆੜਤ ਹੈ ਸਾਡੀ, 26 ਸੈਕਟਰ। ਅੱਛਾ, ਉਹ ਤਾਂ ਫਿਰ ਸਾਰਾ ਦਿਨ ਖੜ੍ਹੇ ਰਹਿੰਦਾ ਕੰਮ ਹੈ ਜੀ? ਹਾਂਜੀ ਹਾਂਜੀ, ਖੜ੍ਹੇ ਰਹਿੰਦਾ ਕੰਮ ਹੈ। ਮਤਲਬ ਹੁਣ ਤੁਸੀਂ ਬਗੈਰ ਬੈਲਟ ਤੋਂ ਸਾਰਾ ਦਿਨ ਖੜ੍ਹੇ ਰਹਿੰਦੇ ਹੋ? ਹਾਂਜੀ ਹਾਂਜੀ। ਪਤਾ ਜੀ ਕੀ ਕਰਦੇ ਹੋ ਇਸ ਤਰ੍ਹਾਂ ਦਾ? ਮੈਂ ਤਾਂ ਹਮੇਸ਼ਾ ਤੁਹਾਨੂੰ ਪੁੱਛਦਾ ਇਸ ਤਰ੍ਹਾਂ ਦਾ ਕਰਦੇ ਕੀ ਹੋ? ਇਹ ਮਹਾਰਾਜ ਦੀ ਕਿਰਪਾ ਗਈ, ਗੁਰੂ ਘਰ 'ਚ ਖੜ੍ਹੇ ਆ, ਚਮਤਕਾਰ ਮਹਾਰਾਜ ਦੀ ਚਮਤਕਾਰ ਆ। ਮੈਨੂੰ ਤਾਂ ਆਪ ਨੂੰ ਪਤਾ, ਜਿੱਦੇ ਸਾਡੇ ਕੋਲ ਆਏ ਸੀ ਇਹ ਵਿਚਾਰੇ ਬੈਲਟ ਲੱਗੇ ਸੀ, ਇਹ ਮੈਨੂੰ ਕਹਿ ਰਹੇ 5 ਸਾਲ ਹੋ ਗਏ ਮੈਂ ਬੈਲਟ ਲੱਗੀ ਨੂੰ। ਮੈਂ ਬੈਲਟ ਤਾਂ ਪਹਿਲੇ ਦਿਨ ਤੋਂ ਹੀ ਲਾ ਦਿਓ, ਬੇਫੁੱਕ। ਕਹਿੰਦੇ ਨਹੀਂ ਮੈਂ ਤੋਂ ਤੁਰਿਆ ਨਹੀਂ ਜਾਣਾ। ਮੈਂ ਕਿਹਾ ਕੋਈ, ਉਹ ਸਾਡੀ ਜ਼ਿੰਮੇਵਾਰੀ ਹੈ, ਕੋਈ ਚੱਕਰ ਨਹੀਂ। ਅੱਜ ਦਿਲ 6 ਦਿਨ ਹੋ ਗਏ, 6 ਦਿਨਾਂ ਦੇ ਵਿੱਚ ਬਾਪੂ ਜੀ ਇੱਥੇ ਸੈਰ ਕਰਦੇ ਫਿਰਦੇ ਸੀ, ਕਦੇ ਉੱਧਰ ਕਦੇ ਉੱਧਰ ਬਾਪੂ ਜੀ ਸੈਰ ਕਰ ਰਹੇ ਸੀ। ਮੈਂ ਤੇ 6 ਘੰਟੇ ਸਵੇਰ ਦਾ ਤੁਹਾਨੂੰ ਕਿਹਾ ਤੁਰਦਾ ਹੀ ਪਿਆ, ਉੱਥੇ ਮੰਡੀ 'ਚ ਕੰਮ ਹੈ ਨਾ, ਇੱਧਰ ਜਾ ਉੱਧਰ ਜਾ, 1 ਕਿਲੋਮੀਟਰ 2 ਕਿਲੋਮੀਟਰ ਇੱਧਰ ਉੱਧਰ ਤੁਰਦੇ ਰਹਿੰਦੇ ਆ। 6 ਦਿਨਾਂ ਦੇ ਵਿੱਚ 60% ਆਪ ਦੇ ਮੂੰਹ ਨਾਲ ਕਹਿ ਰਿਹਾ, ਪਤਾ ਨਹੀਂ ਕੁਛ ਕਿਹਾ ਤੁਹਾਨੂੰ, ਕਹਿ ਰਹੇ ਆਪ ਦੱਸ ਰਹੇ ਆ ਵੀ ਕੋਈ ਬੈਲਟ ਨਹੀਂ ਹੈਗੀ, ਸਾਰਾ ਦਿਨ ਮੰਡੀ 'ਚ ਖੜ੍ਹੇ ਰਹਿੰਦੇ ਆ, ਕੋਈ ਦਰਦ ਨਹੀਂ। ਪਹਿਲੇ ਦਿਨ ਜਦੋਂ ਮੈਂ ਲਾ ਕੇ ਗਿਆ ਨਾ ਗੁਰਦੁਆਰੇ ਤੱਕ ਜਾਂਦਿਆਂ, ਵੀ ਮੈਨੂੰ ਐਂ ਲੱਗਦਾ ਸੀ ਵੀ ਕਦੇ ਦੁਬਾਰਾ ਫਿਰ ਨਾ ਹੱਡੀ ਮੁਸ ਜੇ, ਪਰ ਉੱਦਣ ਨਾਲੋਂ ਤਾਂ ਹੁਣ ਬਹੁਤ ਫਰਕ ਹੈ, ਹੁਣ ਮੈਂ ਇੱਧਰ ਧਿਆਨ ਨਹੀਂ ਕਰਦਾ ਵੀ ਮੁਸ ਜੂਗੀ ਜਾਂ। ਪਹਿਲਾਂ ਡਰਾਇਆ ਜ਼ਿਆਦਾ ਹੋਇਆ ਸੀ ਮੈਨੂੰ ਲੱਗਦਾ ਤੁਹਾਨੂੰ? ਪਹਿਲਾਂ ਬੈਲਟ ਕਰਕੇ ਨਾ ਐਂ ਲੱਗਦਾ ਸੀ ਵੀ ਕਿਤੇ ਝਟਕਾ ਲੱਗੇ ਅਤੇ ਫਿਰ ਨਾ ਦੁਬਾਰਾ, ਹੁਣ ਨਹੀਂ ਮਤਲਬ ਉਹ ਤਾਂ ਭੁੱਲ ਗਿਆ ਹੁਣ ਮੈਂ। ਦੇਖੋ ਇਹ ਮਹਾਰਾਜ ਦੀ ਕਿਰਪਾ ਹੈਗੀ, ਤੁਸੀਂ ਤੁਹਾਡੇ ਸਾਹਮਣੇ ਬਜ਼ੁਰਗ ਕੀ ਦੱਸ ਰਹੇ ਆ, 6 ਦਿਨਾਂ ਦੇ ਵਿੱਚ 60% ਫਾਇਦਾ ਆਪ ਕਹਿ ਰਹੇ ਆ, ਕੋਈ ਬੈਲਟ ਨਹੀਂ ਹੈਗੀ, ਤੋਰ ਕੇ ਦੇਖ ਲਓ, ਚਲਾ ਕੇ ਦੇਖ ਲਓ, ਤੁਹਾਡੇ ਸਾਹਮਣੇ ਆ ਗਏ ਮੈਂ ਨਾ। ਕਿਉਂ ਬਾਪੂ ਜੀ? ਘਰ ਮੇ ਰਹਿਣਾ ਤੋ ਬੈਲਟ ਉਤਾਰ ਦੇਣਾ, ਜੇ ਬਾਹਰ ਕੰਮ ਪੇ ਜਾਣਾ ਤੋ ਬੈਲਟ ਲਗਾ ਕੇ ਰੱਖਣਾ। ਫਿਰ ਇਹਨਾਂ ਨੇ ਪਹਿਲੇ ਦਿਨ ਹੀ ਕੰਮ ਤੇ ਵੀ ਲਾ ਕੇ ਰੱਖਦੇ ਹੋ, ਘਰ ਵੀ ਲਾ ਕੇ ਰੱਖਦੇ? ਹਾਂਜੀ। ਦਿਖਾਇਓ ਜ਼ਰਾ ਪਹਿਲਾਂ ਬੈਲਟ ਕਿੱਥੇ ਲੱਗੀ ਰਹੀ ਨਹੀਂ ਸੀ? ਗੋਡੇ ਤੇ ਲਾਈ ਸੀ, ਇੱਥੇ ਬੈਲਟ ਲਾਈ ਸੀ, ਨਿਸ਼ਾਨ ਵੀ ਪਿਆ ਪਿਆ ਜੀ ਬੈਲਟ, ਬੈਲਟ ਦੇ ਨਿਸ਼ਾਨ ਪੈ ਗਿਆ ਸੀ। ਇਹਨਾਂ ਨੇ ਕਿਹਾ ਇਹਦੇ ਨਾਲ ਤੇ ਤੁਹਾਡੀਆਂ ਨਾੜਾਂ ਸਗੋਂ ਬਲੌਕ ਆਉਂਦੀਆਂ, ਖੂਨ ਜੰਮ ਜਾਂਦਾ ਹੋਣਾ, ਇਹ ਤਾਰ ਹੀ ਦਿਓ। ਬਜ਼ੁਰਗ ਆਇਆ ਸੀ ਇਹਨਾਂ ਵਰਗਾ, ਪਹਿਲੇ ਦਿਨ ਤੂੰ ਲਾ ਕੇ ਸਿੱਟ ਗਿਆ, ਆਹ ਦਲਾ ਮੁੜ ਕੇ ਉਹ ਬੈਲਟ ਮੈਨੂੰ ਕਹਿੰਦਾ ਨਵੀਂ ਹੈ? ਨਵੀਂ ਹੈ, ਨਵੀਂ ਲਾਈ ਵੀ ਸੀਗੀ, ਪਹਿਲੇ ਦਿਨ ਹੀ ਲਹਾਈ ਗੋਡਿਆਂ 'ਤੇ ਲਾਈ, ਮੁੱਢ ਇੱਥੇ ਲੱਕ 'ਤੇ, ਕਮਰ ਦਰਦ ਇੰਨਾ ਰੋਂਦਾ ਸੀਗਾ, ਬੈਲਟ ਹੈਗੀ।
ਆਹ ਪਹਿਲੇ ਦਿਨ ਇੱਥੇ ਛੱਡ ਕੇ ਰੱਖ ਲਿਆ ਯਾਰ। ਮੈਂ ਕਿਹਾ ਮੈਂ ਕੋਈ ਗੱਲ ਛੱਡ ਜਾ, ਮੇਰੇ ਵੀ ਕੋਈ ਕੰਮ ਦੀ ਨਹੀਂ ਹੈਗੀ, ਮੈਂ ਤਾਂ ਲਹਾਣਾ। ਇਹ ਕਈ ਸੋਟੀਆਂ ਪਈਆਂ ਬਾਬੇ ਨੇ ਤੇ ਕੋਲਿਆਂ ਲਾਈਆਂ ਹੋਈਆਂ, ਤੁਹਾਨੂੰ ਉਹ ਵੀ ਦਿਖਾ ਦਿੰਦਾ। ਅੱਛਾ, ਸੋ ਦੇਖੋ ਤੁਸੀਂ ਪ੍ਰਧਾਨ ਜੀ ਜਿਹੜੇ ਇੱਥੇ, ਉਹਨਾਂ ਦਾ ਕਹਿਣਾ ਕਿ ਬੈਲਟ ਉਹ ਪਹਿਲੇ ਦਿਨ ਤੋਂ ਹੀ ਇੱਥੇ ਉਤਾਰ ਦਿੰਦੇ ਨੇ ਜਿਸ ਤਰੀਕੇ ਨਾਲ ਬਾਪੂ ਜੀ ਨੇ ਦੱਸਿਆ, ਔਰ ਨਾਲ ਇਹ ਡਾਂਗਾ ਸੋਟੀਆਂ ਵੀ ਇਕੱਠੇ ਕਰੀ ਫਿਰਦੇ ਨੇ। ਜੀ ਜੀ, ਇਹ ਜਿਹੜਾ ਵੀ ਆਉਂਦਾ ਬਾਬਾ ਐਂ ਆਉਂਦਾ ਫੜ ਕੇ ਤੁਰ ਕੇ ਆਉਂਦਾ ਬਾਬੂ। ਅੱਛਾ, ਸਾਨੂੰ ਦੱਸੋ ਸੀ ਕਿਵੇਂ ਆਉਂਦੇ ਨੇ ਤੁਰ ਕੇ? ਬਸ ਐਂ ਆਉਂਦੇ ਨੇ, ਇਹ ਲੈ ਬਈ, ਮੈਂ ਕਹਿੰਦਾ ਫੜਾ ਉਰੇ, ਆਹ ਐਂ ਮਾਝਾਂ ਆਉਂਦੀਆਂ ਫੜ ਕੇ ਇੱਥੇ ਰੱਖ ਲੈਂਦਾ ਮੈਂ, ਮੈਂ ਜਾ ਫਿਰ ਇੱਥੇ ਰੱਖ ਲੈਂਦਾ ਫੜ ਕੇ ਜਾਓ ਬਿਆ, ਸੂਟੀਆਂ ਵੀ ਰਖਾ ਲੈਂਦਾ, ਬੈਲਟਾਂ ਵੀ ਰਖਾ ਲੈਂਦਾ, ਹਾਲੇ ਤਾਂ ਮੈਂ ਗੋਡਿਆਂ ਵਾਲੇ ਬੜੇ ਪਏ ਹੋਣੇ ਅੰਦਰ, ਲਹਾ ਦਿੰਦੇ ਪਹਿਲੇ ਦਿਨ ਤੋਂ ਲਹਾ ਦੀ। ਕੀ ਕਰਦੇ ਕੀ ਮਸਾਜ ਗੋਡਿਆਂ 'ਤੇ? ਅੱਛਾ, ਉਹੀ ਗਰੀਸ ਵਾਲੀ? ਹਾਂ ਉਹੀ ਗਰੀਸ ਵਾਲੀ, ਗੋਡਿਆਂ ਵਾਲਾ ਗਰੀਸ ਦੀ ਮਸਾਜ ਕਰਦੇ ਹਾਂ, ਮੁੰਡਾ ਅੰਦਰ ਕੁਲਵਿੰਦਰ ਆ, ਕੁੜੀ ਹੈਗੀ, ਮਸਾਜ ਕਰਦੇ ਟਿਕਾ ਕੇ, ਐਂ ਤਸੱਲੀ ਕਰਾਈ ਦੀ, ਅਗਲਾ ਪਹਿਲੇ ਦਿਨ ਤੋਂ ਕਹਿੰਦਾ ਵਾਕਈ ਠੀਕ ਹੈ ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰਧਾਨ ਜੀ। ਹੁਣ ਪ੍ਰਧਾਨ ਜੀ, ਜਿਸ ਗਰੀਸ ਦੀ ਗੱਲ ਕਰ ਰਹੇ ਨੇ ਅਸੀਂ, ਉਹ ਗਰੀਸ ਬਾਬਤ ਗੱਲ ਕਰਾਂਗੇ, ਧੁੰਨੀ ਵਾਲੀ ਗਰੀਸ ਵੀ ਇਹਨਾਂ ਕੋਲੋਂ ਸਮਝਾਂਗੇ ਕਿ ਕਿਵੇਂ ਗੋਡਿਆਂ ਤੋਂ ਬਾਅਦ ਹੁਣ ਧੁੰਨੀ ਵਾਲੀ ਗਰੀਸ ਇਹ ਲੈ ਕੇ ਆਏ ਨੇ, ਉਹਦਾ ਕੀ ਫਾਇਦਾ ਔਰ ਉਹ ਕਿਵੇਂ ਦਾ ਇਸਤੇਮਾਲ ਹੈ ਜਿਹੜਾ ਅਸੀਂ ਕਰ ਸਕਦੇ ਹਾਂ। ਗਰੀਸ ਤੋਂ ਬਾਅਦ ਹੁਣ ਧੁੰਨੀ ਦੀ ਗਰੀਸ ਉਹ ਲੈ ਕੇ ਆਏ ਨੇ, ਧੁੰਨੀ ਦੀ ਗਰੀਸ ਕਿਹੜੀ ਹੈ ਉਹ ਅਸੀਂ ਸਮਝਾਂਗੇ ਪ੍ਰਧਾਨ ਜੀਆਂ ਤੋਂ। ਪਹਿਲਾਂ ਗੋਡਿਆਂ ਦੀ ਗਰੀਸ ਤਾਂ ਅਸੀਂ ਸੁਣੀ ਸੀ, ਹੁਣ ਧੁੰਨੀ ਵਾਲੀ ਗਰੀਸ ਕਿਹੜੀ ਹੈ ਪ੍ਰਧਾਨ ਜੀ? ਧੁੰਨੀ ਵਾਲੀ ਗਰੀਸ ਕਿਹੜੀ ਹੈ? ਨਾਲੇ ਸਾਡੇ ਮਾਤਾ ਜੀ ਇੱਕ ਦੱਸ ਰਹੇ ਸੀ ਕਿ ਉਹ ਮੂੰਹ ਦੇ ਵਿੱਚ ਜਿਹੜੇ ਤੁਪਕੇ ਪਾਉਣ ਨੂੰ ਤੁਸੀਂ ਦਿੰਦੇ ਹੋ, ਉਹ ਕੀ ਚੀਜ਼ ਹੈ? ਉਹ ਹੈ ਵੈਰੀਕੋਜ਼ ਹੈ, ਇਹ ਵੈਰੀ ਕੀ ਕਰਦੀ ਹੈ? ਵੈਰੀਕੋਜ਼ ਜਿਹੜੀਆਂ ਨਸਾਂ ਬਲੌਕੇਜ ਹੁੰਦੀਆਂ ਨਾ, ਬਹੁਤ ਭੈਣਾਂ ਨੂੰ ਵੈਰੀਕੋਜ਼ ਦੀ ਸਮੱਸਿਆ, ਸਿਆਟਕਾ ਪੇਨ। ਕੀ ਹੁੰਦਾ ਜੀ ਸਿਆਟਕਾ ਪੇਨ? ਉਹ ਇੱਕ ਕਿਸੇ ਲੱਤ ਦੀ ਨਾ ਨਸ ਬਲੌਕੇਜ ਹੁੰਦੀ ਹੈ, ਜਿਹਨੂੰ ਡਾਕਟਰ ਸਿਆਟਕਾ ਪੇਨ ਕਹਿੰਦੇ ਆ। ਵੈਰੀਕੋਜ਼ ਹੁੰਦਾ, ਕਈ ਭੈਣਾਂ ਦੇ ਲੀਲੀਆਂ ਲੀਲੀਆਂ ਲਾਈਨਾਂ ਲੱਤਾਂ 'ਤੇ ਹੁੰਦੀਆਂ ਨੇਗੀਆਂ, ਹੈ ਨਾ, ਇਹ ਉਹ ਬਲੌਕੇਜ ਨੂੰ ਖੋਲਦੀ ਹੈ। 100% ਰਿਜ਼ਲਟ ਆ, 100%। ਜੇ ਕਿ 100% ਪ੍ਰਧਾਨ ਜੀ ਬਹੁਤ ਵੱਡੀ ਗੱਲ ਕਹਿ ਰਹੇ ਹੋ। ਗੱਲ ਹੈ, ਪੈਸੇ ਵਾਪਸ ਕਰ ਦੂੰਗਾ ਫਰੂਕੀ ਸਾਹਿਬ, ਕਿਆ ਗੱਲ ਕਰਦੇ ਹੋ, ਪੈਸੇ ਵਾਪਸ ਕਰ ਦੂੰਗਾ ਜੇ ਨਾ ਠੀਕ ਹੋਣ, ਇੰਨੀ 100% ਦੀ ਗਰੰਟੀ ਹੈ, ਇਹ ਵੀ ਕੋਈ ਚੱਕਰ ਨਹੀਂ, ਇਹ ਮਹਾਰਾਜ ਦੀ ਕਿਰਪਾ ਹੈ, ਸਤਿਗੁਰ ਦੀ ਕਿਰਪਾ, ਗੁਰਦੁਆਰੇ ਬੈਠੇ ਹਾਂ ਆਪਾਂ, ਇਹ ਬਾਬਾ ਜੀ ਦੀ ਕਿਰਪਾ ਨਾਲ ਕਹਿ ਰਹੇ ਹਾਂ, ਮੈਨੂੰ ਮੇਰੇ ਪ੍ਰੋਡਕਟ 'ਤੇ ਮੇਰੇ ਸਤਿਗੁਰ 'ਤੇ ਭਰੋਸਾ ਹੈਗਾ। ਹਾਂ, ਮੈਂ ਤਾਂ ਹਜ਼ਾਰਾਂ ਬੰਦਿਆਂ ਨੂੰ ਤਾਂ ਮੈਂ ਦੇ ਚੁੱਕਿਆ, ਕੋਈ ਇੱਦਾਂ ਦੀ ਦਿੱਕਤ ਹੀ ਨਹੀਂ ਹੈਗੀ, ਕਿਸੇ ਦਾ ਉਲਾਂਭਾ ਨਹੀਂ, ਕਿਸੇ ਦਾ ਕੋਈ ਉਲਾਂਭਾ ਹੀ ਨਹੀਂ ਹੈ। ਗੁਰੂ ਘਰ ਦੇ ਵਿੱਚ ਬੈਠ ਕੇ ਇਹ ਗੱਲ ਕਰ ਰਹੇ? ਹਾਂ ਬਿਲਕੁਲ, ਗੁਰੂ ਘਰ 'ਚ ਬਹਿ ਕੇ ਗੱਲ ਕਰ ਰਹੇ ਹਾਂ। ਆਹ ਦੇਖੋ, ਇਹ ਪੈਕਿੰਗ ਦੇਖੋ ਕਿੰਨੀ ਹੈ, ਆਹ ਦੇਖੋ, ਇਹ ਪੈਕਿੰਗ ਜ਼ਬਰਦਸਤ, ਸਾਰਾ ਲਿਖਿਆ ਵਾ ਇਹਦੇ 'ਤੇ, ਖੁਸ਼ਬੂ ਬੜੀ ਆਈ ਹੈ ਪੈਕਿੰਗ ਖੋਲਦੇ ਸਾਰ। ਦੇਖੋ ਫਿਰ, ਜਦੋਂ ਜਾਂਦੀ ਹੈ ਨਾ ਬੰਦਾ, ਕਹਿੰਦਾ ਨਜ਼ਾਰਾ ਆ ਗਿਆ, ਇਹ ਕੀਤਾ ਕੀ ਆਪ ਇਸਤੇਮਾਲ ਕੀਤੀ? ਮੈਂ ਕਹਿੰਦਾ 2 ਸ਼ੀਸ਼ੀਆਂ ਮੈਂ ਪੀਤੀਆਂ, ਮੇਰੇ ਲੱਤਾਂ ਦੇ ਵਿੱਚ ਕਿੜਲ ਪੈਣ ਲੱਗ ਗਈ ਸੀ, ਆਪ ਦੇ ਖੁਦ ਦੇ, ਮੈਂ 2 ਸ਼ੀਸ਼ੀਆਂ ਪੀਤੀਆਂ, ਮੁੜ ਕੇ ਸਾਲ ਹੋ ਗਿਆ ਕਿੜਲ ਨਹੀਂ ਪਈ ਮੇਰੇ। ਜਿਹਦੇ ਭੈਣ ਦੇ ਕਿੜਲਾਂ ਪੈਂਦੀਆਂ, ਨਸ ਚੜ੍ਹਦੀ ਹੈ, ਗਠੀਏ ਦੀ ਸ਼ਿਕਾਇਤ ਹੈ, ਜੋੜਾਂ 'ਚ ਦਰਦ ਹੈ, ਸਿਆਟਕਾ ਪੇਨ ਹੈ, ਠੀਕ ਹੈ, ਵੈਰੀਕੋਜ਼ ਹੈ, ਵੈਰੀਕੋਜ਼ ਜਿਹਦੀ ਨਸਾਂ ਦੀ ਬਲੌਕੇਜ ਹੁੰਦੀ ਹੈ ਲੇਡੀਜ਼ ਦੀ, 80% ਲੇਡੀਜ਼ ਨੂੰ ਸਮੱਸਿਆ ਉਹ ਹੈਗੀ ਹੈ, ਜਾਂ ਭੈਣੀਆਂ ਜਿਹੜੀਆਂ ਖੜ੍ਹ ਕੇ ਜੋਬ ਕਰਦੀਆਂ ਉਹਨਾਂ ਦੇ ਜ਼ਿਆਦਾ ਸਮੱਸਿਆ ਆ ਰਹੀ ਹੈ, ਠੀਕ ਹੈ। ਉਸ ਤੋਂ ਬਾਅਦ ਗੈਸ ਬਣਦਾ, ਤੇਜ਼ਾਬ ਬਣਦਾ, ਮਤਲਬ ਪਤਾ ਹੀ ਨਹੀਂ ਲੱਗਦਾ, ਪੇਸ਼ੈਂਟ ਆ ਕੇ ਮੈਨੂੰ ਕੀ ਕਹਿੰਦੇ, ਮੇਰੇ ਆਹ ਵਾ ਆਹ ਵੀ ਚੀਜ਼ ਦਾ ਫਾਇਦਾ ਹੋ ਗਿਆ ਜੀ। ਲੈਣੀ ਕਿਵੇਂ ਹੈ ਜੀ? ਇਹ ਲੈਣੀ ਸਾਰੇ 3-4 ਬੂੰਦਾਂ ਨੇ, 3-4 ਬੂੰਦਾਂ ਇੱਦਾਂ ਲਓ, ਆਹ ਸੀਸੀ ਖੋਲ੍ਹੋ ਅਤੇ ਇੱਦਾਂ ਇਹਨੂੰ ਉਹ ਕਰੋ, ਆਹ ਡਰੋਪਰ ਹੈਗਾ, ਇੱਕ ਜਾਂ 3 ਬੂੰਦਾਂ ਜੀਭ, ਇੰਨਾ ਕੀ ਕੰਮ? 24 ਘੰਟਿਆਂ 'ਚ 3-4 ਬੂੰਦਾਂ ਬਸ, ਹੱਦ 5, ਬਸ ਹੋ ਗਿਆ ਕੰਮ, ਹੋ ਗਿਆ ਕੰਮ। ਤੁਸੀਂ ਆ ਤੁਹਾਡੇ ਮੂੰਹ 'ਚ ਪਾਉਣਾ, ਤੁਸੀਂ ਆਪ ਕਹੋਗੇ ਵੀ ਹੈ, ਆਪੀ ਪਾ ਕੇ ਦੇਖਦੇ ਹਾਂ, ਅਸੀਂ ਟੇਸਟ ਕਰਦੇ ਹਾਂ। ਪ੍ਰਧਾਨ ਜੀ ਦਾ ਕਹਿਣਾ ਹੈ ਕਿ ਅਗਲੀ ਵਾਰ ਦੱਸਾਂਗੇ ਵੀ ਕੀ ਫਰਕ ਆਇਆ। ਹੋਰ ਹੀ ਤਰ੍ਹਾਂ ਦਾ ਟੇਸਟ ਹੈ ਜੀ, ਟੇਸਟ ਦੇਖੋ ਕਿੰਨਾ ਜ਼ਬਰਦਸਤ ਹੈ, ਪਾਣੀ ਪੀਓ ਉੱਪਰ ਦੀ, ਦੇਖੋ ਕਿੰਨਾ ਰਿਜ਼ਲਟ, ਨਜ਼ਾਰੇ ਦਾ ਰਿਜ਼ਲਟ। ਕੀ ਕਰੂਗਾ ਇਹ, ਕੀ ਕਰੂਗੀ ਬੂੰਦਾਂ, ਕੀ ਕਰਦੀਆਂ? ਬਲੌਕੇਜ ਖੋਲਦੀ ਹੈ, ਸਾਰੀ ਬਲੌਕੇਜ ਸੜਦੀ ਹੀ ਨਹੀਂ, ਇਹ ਤਾਂ ਹਾਰਟ ਦੇ ਪੇਸ਼ੈਂਟ ਦੀ ਬਲੌਕੇਜ ਖੋਲਣ ਦੀ ਸਮਰੱਥਾ ਰੱਖਦੀ ਹੈ ਫਰੂਕ ਸਾਹਿਬ, ਕਿਆ ਗੱਲ ਕਰਦੇ ਹੋ, ਇਹ ਤਾਂ ਬਹੁਤ ਜ਼ਬਰਦਸਤ ਰਿਜ਼ਲਟ ਹੈ। ਮੈਨੂੰ ਪੇਸ਼ੈਂਟ ਆ ਕੇ ਦੱਸਦੇ ਹੈ
ਯਾਰ ਕਿਆ ਤੂੰ ਜਾਦੂ ਇਹ ਦੇਤਾ ਤਾ, ਮੈਂ ਕਿਹਾ ਜਾਦੂ ਨਹੀਂ, ਇਹ ਤਾਂ ਮਹਾਰਾਜ ਦੀ ਕਿਰਪਾ ਹੈ, ਮੈਨੂੰ ਤਾਂ ਆਪ ਨੂੰ ਨਹੀਂ ਪਤਾ ਲੱਗਦਾ ਵੀ ਤੁਸੀਂ ਦੱਸ ਕੀ ਰਹੇ ਹੋ। ਹਾਂ ਇਹ ਅਸੀਂ ਉਹਨਾਂ ਨੂੰ ਨਹੀਂ ਦਿੰਦੇ ਜਿਹਨਾਂ ਦੇ ਹਾਰਟ ਦੀ ਕੋਈ ਸਮੱਸਿਆ, ਗੰਭੀਰ ਸਮੱਸਿਆ, ਉਹਨਾਂ ਦੇ ਆਪਾਂ ਸਪੈਸ਼ਲ ਲਿਖਿਆ ਹੋਇਆ ਵੀ ਜੇ ਤੁਹਾਨੂੰ ਕੋਈ ਦਵਾਈ ਚੱਲ ਰਹੀ ਹੈ ਤਾਂ ਆਪਣੇ ਡਾਕਟਰ ਨਾਲ ਸਲਾਹ ਕਰਕੇ ਲੈ ਲਓ, ਆਪਾਂ ਕਹੀ ਦੇ ਭਾਈ ਦੀ ਫੋਟੋ ਖਿੱਚੋ, ਆਪਣੇ ਡਾਕਟਰ ਨਾਲ ਸਲਾਹ ਕਰ ਲਓ। ਹਾਂ ਇਹਦੇ ਵਿੱਚ ਆਹ ਚਾਹੀਆਂ ਵੀ ਆਹ ਚੀਜ਼ਾਂ ਦੇ ਵਿੱਚ ਪਾਇਆ ਹੋਇਆ, ਇਹ ਸਾਰਾ ਲਿਖਿਆ ਉੱਪਰ ਵੈਰੀਕੋਜ ਪੇਨ ਅਤੇ ਯੂਰਿਕ ਐਸਿਡ, ਯੂਰਿਕ ਐਸਿਡ ਦੀ ਬੜੀ ਲੋਕਾਂ ਨੂੰ ਸਮੱਸਿਆ, ਉਹਨੂੰ ਵੀ ਇਹ ਖਤਮ, ਜਿਹਨੇ ਇੱਕ ਸੀ ਸੀ ਪੀ ਲਈ ਯੂਰਿਕ ਐਸਿਡ ਨਹੀਂ ਦੁਬਾਰਾ ਹੁੰਦਾ, ਇੰਨੀ ਸਮਰੱਥਾ ਰੱਖਦੀ ਹੈ, ਦੁਬਾਰਾ ਯੂਰਿਕ ਐਸਿਡ ਨਹੀਂ ਹੋਣ ਦਿੰਦੀ। ਹਾਂ ਅਤੇ ਫਿਰ ਤੁਸੀਂ ਉਹ ਧੁੰਨੀ ਵਾਲੀ ਗਰੀਸ ਕਿਹੜੀ ਕਹਿ ਰਹੇ ਹੋ, ਧੁੰਨੀ ਵਾਲੀ? ਇਹ ਬੈਲੀ ਬਟਨ, ਇਹਦਾ ਨਾਂ ਰੱਖਿਆ ਬੈਲੀ ਬਟਨ, ਗਰੀਸ ਪਹਿਲਾਂ ਗੋਡਿਆਂ ਦੀ ਗਰੀਸ ਅਤੇ ਹੁਣ ਧੁੰਨੀ ਵਾਲੀ ਗਰੀਸ, ਧੁੰਨੀ ਵਾਲਾ ਗਰੀਸ ਪੰਜਾਬੀ 'ਚ ਤਾਂ ਇਹੀ ਕਹੇ ਨਾ ਧੁੱਲੀ, ਇਹਦਾ ਨਾਂ ਅਸੀਂ ਰੱਖਿਆ ਬੈਲੀ ਬਟਨ, ਠੀਕ ਹੈ? ਅਤੇ ਇੱਦਾਂ ਹੈ, ਇੱਦਾਂ ਇੱਕ ਬੂੰਦ ਜੀ ਆਪਣੀ ਧੁੰਨੀ ਦੇ ਨਾਭੀ 'ਤੇ ਪਾ ਕੇ ਇੱਦਾਂ ਲਾ ਕੇ ਇਹਨੂੰ ਮਸਾਜ ਕਰਨੀ ਹੈ, ਰਾਤ ਨੂੰ ਪੈਣ ਲੱਗੇ ਧੁੰਨੀ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਸਾਫ਼ ਕਰਨ ਤੋਂ ਬਾਅਦ ਇੱਕ ਡਰੋਪ ਇਹਦਾ ਸਿੱਟ ਕੇ ਹਲਕੇ ਹਲਕੇ ਮਸਾਜ ਕਰ ਦਿਓ, ਤੜਕੇ ਨੂੰ ਚਮਤਕਾਰ ਦੇਖਿਓ, ਇੰਨੀ ਜ਼ਿਆਦਾ ਜਮਰੱਥਾ ਰੱਖਦਾ ਇਹ। ਫਰੂਕੀ ਸਾਹਿਬ ਇਹ ਕੀ ਕਰਦਾ, ਸਰੀਰ ਦੀਆਂ ਜਿਹੜੀਆਂ 72,000 ਨਾੜੀਆਂ ਉਹਨਾਂ ਦੀ ਜੜ 'ਚ ਜਦੋਂ ਪੈ ਜਾਂਦਾ ਇਹ ਨਸਾਂ ਖੋਲ੍ਹ ਦਿੰਦਾ, ਜਿਵੇਂ ਆਪਾਂ ਗੱਡੀ, ਮੈਂ ਤੁਹਾਨੂੰ ਹਰ ਵੀਡੀਓ 'ਚ ਤੁਸੀਂ ਕਹੋਗੇ ਉਹੀ ਗੱਲ ਕਰਦਾ, ਜਿਵੇਂ ਗੱਡੀ ਨੂੰ ਗਰੀਸ ਦੀ ਲੋੜ ਹੈ, ਮੁਗਲੈਲ ਦੀ ਲੋੜ ਹੈ, ਐਂ ਸਾਡੇ ਸਰੀਰ ਨੂੰ ਇਹਦੀ ਵੀ ਗਰੀਸ ਦੀ ਵੀ ਲੋੜ ਸੀ। ਗੱਲ ਬਣ ਨਹੀਂ ਰਹੀ ਸੀ ਗੋਡਿਆਂ ਦੀ ਜਾਂ ਫਿਰ ਤੁਸੀਂ ਜਿਹੜੀ ਗਰੀਸ ਲੈ ਕੇ ਆਏ? ਪੇਸ਼ੈਂਟ ਤਾਂ ਕਿਸੇ ਪੇਸ਼ੈਂਟ ਦੀ ਨਾ, ਜਿਵੇਂ 100 ਚੋਂ 10 ਬੰਦਿਆਂ ਨੇ ਆ ਕੇ ਕਹਿੰਦੇ ਸਾਨੂੰ ਘੱਟ ਕੰਮ ਕਰ ਰਿਹਾ, ਘੱਟ ਕੰਮ ਕਰ ਰਿਹਾ, ਉਸ ਕਰਕੇ ਫਿਰ ਅਸੀਂ ਇਹ ਆਪਣੀ ਟੀਮ ਨਾਲ ਸਲਾਹ ਮਸ਼ਵਰਾ ਕਰਕੇ, ਸਾਡੇ ਡਾਕਟਰਾਂ ਜਿੰਨੀ ਵੀ ਟੀਮ ਹੈ, ਸਾਡਾ ਵੱਡਾ ਹੁਣ ਵੱਡਾ ਗਰੁੱਪ ਹੈਗਾ ਸਾਡਾ ਬਣਿਆ ਵਾ, ਉਸ ਤੋਂ ਬਾਅਦ ਅਸੀਂ ਬੈਠ ਕੇ ਇਹਦਾ ਵਿਚਾਰ ਵਟਾਂਦਰਾ ਕੀਤਾ ਵੀ ਆਪਾਂ ਇਹਦਾ ਕੀ ਹੱਲ ਕੱਢੀਏ ਹੋਰ, ਜਿਹੜੇ ਬੰਦਾ 100% ਹੀ ਰਿਜ਼ਲਟ ਆਵੇ, ਮਤਲਬ 90% ਤਾਂ ਪਹਿਲੇ ਹੀ ਸੀਗਾ, 10% ਆਪਾਂ ਮੰਨਦੇ ਸੀ ਵੀ 10% ਬੰਦਿਆਂ ਨੂੰ ਪ੍ਰੋਬਲਮ ਸੀਗੀ, ਘੱਟ ਰਿਜ਼ਲਟ ਆਉਂਦਾ ਸੀ, ਆਉਂਦਾ ਰਿਜ਼ਲਟ ਆਉਂਦਾ ਸੀ ਪਰ ਘੱਟ ਸੀਗਾ, ਉਮੀਦ ਮੁਤਾਬਕ ਨਹੀਂ ਸੀ, ਉਮੀਦ ਮੁਤਾਬਕ ਨਹੀਂ ਸੀਗਾ, ਮਤਲਬ ਹੁਣ ਜਦੋਂ ਇਹ ਸਾਡਾ ਬਣ ਗਿਆ ਇਹ GMP ਅਪਰੂਵਡ ਹੈ ਸਰਕਾਰ, ਕੀ ਹੁੰਦਾ ਜੀ ਗੁੱਡ ਮੈਨੂਫੈਕਚਰਿੰਗ, ਹਾਂ ਇਹ ਅਪਰੂਵਡ ਹੈ, ਇਹ ਸਰਕਾਰ ਤੋਂ ਪਾਸ ਕਰਾਇਆ ਹੋਇਆ ਪ੍ਰੋਡਕਟ ਹੈ, ਕੋਈ ਇੱਦਾਂ ਦੀ ਨਹੀਂ ਹੈਗਾ ਵੀ ਇਹ ਕੜਾਹੀ 'ਚ ਬਣਾ ਉਬਾਲ ਕੇ ਬਣਾ ਲਿਆ, ਫਰੂਕੀ ਸਾਹਿਬ ਇਹ ਉਹ ਕੰਮ ਨਹੀਂ ਹੈਗਾ ਵੀ ਕੜਾਹੀ 'ਚ ਉਬਾਲਿਆ ਅਤੇ ਬਣਾ ਲਿਆ, ਉਹ ਨਹੀਂ ਹੈਗਾ, ਸਰਕਾਰ ਤੋਂ ਪਾਸ ਹੈ, ਮਨਜ਼ੂਰ ਸ਼ੁਦਾ ਪ੍ਰੋਡਕਟ ਹੈ, ਇੱਕ ਦੋ ਬੂੰਦਾ ਪਾਓ, ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਸੌਂ ਜਾਓ, ਤੁਸੀਂ ਰਿਜ਼ਲਟ ਦੇਖੋ ਕੀ ਜ਼ਬਰਦਸਤ ਹੈ, ਇਹ ਕੀ ਕਰਦਾ, ਬੁੱਲਾਂ 'ਤੇ ਸਿੱਕਰੀ ਆ ਜਾਂਦੀ ਹੈ ਉਹਨੂੰ ਹਟਾ ਆਉਂਦਾ, ਚਿਹਰੇ 'ਤੇ ਐਂ ਖੁਸ਼ਕੀ ਝੁਰੜੀਆਂ ਜਿਹੀਆਂ ਪੈ ਜਾਂਦੀਆਂ, ਚਿਹਰਾ ਉਵੇਂ ਖੁਸ਼ ਖੁਸ਼ਕ ਰਹਿੰਦਾ, ਉਹਨੂੰ ਠੀਕ ਕਰਦਾ, ਅਤੇ ਜੋੜਾਂ ਦੇ ਦਰਦ ਨੂੰ ਠੀਕ ਕਰਦਾ, ਪੇਟ ਦੀ ਸਮੱਸਿਆ ਨੂੰ ਠੀਕ ਕਰਦਾ, ਮੋਟਾਪੇ ਦੀ ਸਮੱਸਿਆ ਨੂੰ ਦੂਰ ਕਰਦਾ, ਅੱਡੀਆਂ 'ਚ ਦਰਦ, ਬਹੁਤ ਭੈਣਾਂ ਦੇ ਅੱਡੀਆਂ 'ਚ ਦਰਦ ਨਹੀਂ ਜਾਂਦਾ, ਠੀਕ ਹੈ, ਇਹ ਉਹ ਦਰਦ ਨੂੰ ਵੀ ਚੱਕ ਦਿੰਦਾ ਹੈਗਾ, ਨੀਂਦ ਨਾ ਆਉਣਾ, ਬਹੁਤ ਭੈਣਾਂ ਕਹਿੰਦੀਆਂ ਜਾਂ ਬਹੁਤ ਕਹਿੰਦੇ ਨੀਂਦ ਨਹੀਂ ਆਉਂਦੀ ਜੀ, ਮੈਨੂੰ ਨੀਂਦ ਤੋਂ ਬੜਾ ਪਰੇਸ਼ਾਨ ਹੈ, ਅਸੀਂ ਕੋਈ ਪੇਨ ਕਲਰ ਦਵਾਈ ਤਾਂ ਦਿੰਦੇ ਨਹੀਂ ਤੁਹਾਨੂੰ, ਮੈਂ ਹਰ ਵੀਡੀਓ 'ਚ ਕਹਿੰਦਾ ਵੀ ਨਾ ਅਸੀਂ ਪੇਨ ਕਲਰ ਦਿੰਦੇ ਹਾਂ, ਨਾ ਕੋਈ ਇੰਜੈਕਸ਼ਨ ਲਾਉਂਦੇ ਹਾਂ, ਨਾ ਅਸੀਂ ਕੋਈ ਓਪਰੇਸ਼ਨ ਕਰਦੇ ਹਾਂ, ਅਸੀਂ ਸਾਡੇ ਕੋਲ ਤਾਂ ਆਹ ਚੀਜ਼ਾਂ ਨੇਗੀਆਂ, ਸਾਡੇ ਵੈਦ ਜੀ ਜਾਂ ਸਾਡੇ ਡਾਕਟਰ ਸਾਹਿਬ ਜਿੰਨੇ ਵੀ ਹੈਗੇ ਸਾਡੀ ਟੀਮ ਹੈਗੀ ਇਹੀ ਚੀਜ਼ ਬਣਾ ਕੇ ਮੈਨੂੰ ਦੇ ਦਿੰਦੇ, ਲਓ ਜੀ ਆਹ ਸੇਵਾ ਕਰੋ, ਆਪਾਂ ਲੱਗੇ ਹੋਏ ਸੇਵਾ ਕਰਨ ਦੇ ਵਿੱਚ, ਹੈ ਨਾ, ਸਰੀਰ ਦੀ ਇਹ ਕਮਜ਼ੋਰੀ ਨੂੰ ਪੂਰੀ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਜੀ। ਜੀ ਜੀ ਹਾਂ। ਅੱਛਾ ਪ੍ਰਧਾਨ ਜੀ, ਫਿਰ ਜਿਹੜਾ ਤੁਹਾਡਾ ਬੈਲੀ ਬਟਨ ਗਰੀਸ ਹੈਗਾ, ਧੁੰਨੀ ਵਾਲਾ ਗਰੀਸ ਹੈਗਾ ਜਿਹੜਾ, ਇਹ ਕਈ ਵਾਰ ਹੁੰਦਾ ਜੀ ਬੰਦਾ ਰਾਤ ਨੂੰ ਸੌਂਦਾ 7-8 ਘੰਟੇ ਨੀਂਦ ਲਈ, ਅਤੇ ਉਸ ਤੋਂ ਬਾਅਦ ਜਦੋਂ ਸਵੇਰੇ ਉੱਠਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਸੌ ਕੇ ਉੱਠਿਆ ਜਾਂ ਕੰਮ ਕਾਰ ਤੋਂ ਆਇਆ, ਜਾਣ ਹੀ ਨਹੀਂ ਹੁੰਦੀ ਸਰੀਰ 'ਚ, ਉਹਦੇ 'ਤੇ ਕੰਮ ਕਰੇਗਾ? ਬਿਲਕੁਲ, ਤੜਕੇ ਉਹਨੂੰ ਬੰਦਾ ਆਪ ਦੱਸੇਗਾ, ਉਹ ਜੇ ਭੁੱਲ ਹੀ ਜਾਂਦਾ ਵੀ ਮੇਰਾ ਦੁਖਦਾ ਕੀ ਸੀ ਰਾਤ ਨੂੰ, ਇੱਦਾਂ ਇਹ ਰਿਜ਼ਲਟ ਲੈ ਕੇ ਫਰੂਕੀ ਸਾਹਿਬ ਪਹਿਲਾਂ ਇਹਦਾ ਘੱਟੋ ਘੱਟ 6 ਮਹੀਨੇ ਲੱਗ ਜਾਂਦੇ ਨੂੰ ਪੂਰੇ ਟਰਾਇਲ 'ਤੇ, ਪਹਿਲਾਂ ਟਰਾਇਲ ਲੈਂਦੇ ਹਾਂ, ਫਿਰ ਜਾ ਕੇ ਸਰਕਾਰ ਕੋਲ ਅਪਰੂਵਲ ਲੈਂਦੇ ਹਾਂ, ਫਿਰ ਜਾ ਕੇ ਇਹ ਸਰਕਾਰ ਨੂੰ ਦਿਖਾਉਣੇ ਵੀ ਆਹ ਚੀਜ਼ ਅਸੀਂ ਬਣਾਈ ਹੈ, ਤਾਂ ਕਿ ਕੋਈ ਬੰਦੇ ਦੀ ਜਾਨੀ ਮਾਲੀ ਨੁਕਸਾਨ ਦਾ ਵੀ ਫਿਰ ਅਸੀਂ ਜ਼ਿੰਮੇਵਾਰ ਹੋਵਾਂਗੇ ਨਾ ਜੇ ਕੋਈ ਗੜਬੜ ਹੋ ਜਾਵੇ, ਇਸ ਕਰਕੇ ਸਰਕਾਰ ਤੋਂ ਅਪਰੂਵਲ ਲਈ ਜਾਂਦੀ ਹੈ, ਸਰਕਾਰ ਇਹਨੂੰ ਸਾਨੂੰ ਉਹ ਕਰਕੇ ਸਰਟੀਫਿਕੇਟ ਦਿਖਾ ਦੂੰਗਾ ਅਗਲੀ, ਦਿਖਾਇਓ ਕਿਸ ਤਰ੍ਹਾਂ ਦੀ ਹੈ ਇਹਨੂੰ, ਮਾੜਾ ਜਿਹਾ ਪੱਕ ਦਿਖਾਇਓ, ਆਹ ਦੇਖੋ
ਲੋਕ ਕਹਿੰਦੇ ਨੇ ਨਾ ਗਰੀਸ ਕਿਵੇਂ ਅੰਦਰ ਵਗ ਜੂਗਾ, ਮੈਨੂੰ ਬੜੇ ਸਵਾਲ ਕਰਦੇ ਆ ਵੀ ਉਹ ਗਰੀਸ ਐ ਅੰਦਰ ਕਿਵੇਂ ਵਗ ਜੂਗਾ ਜੀ। ਜਦੋਂ ਭਾਈ ਸਾਹਿਬ ਸਰੀਰ ਦਾ ਪਸੀਨਾ ਬਾਹਰ ਆ ਸਕਦਾ ਹੈ ਤਾਂ ਇਹ ਨਹੀਂ ਜਾ ਸਕਦਾ, ਤੁਸੀਂ ਇਹ ਦੱਸੋ ਨਾ ਪਸੀਨਾ ਵੀ ਤਾਂ ਸਰੀਰ 'ਚੋਂ ਬਾਹਰ ਨਿਕਲਦਾ ਨਾ, ਅਤੇ ਇਹ ਵੀ ਵਿੱਚ ਜਾ ਸਕਦਾ। ਇਸ ਕਰਕੇ ਇਹ ਧੁੰਨੀ ਦੇ ਵਿੱਚ ਜਾ ਕੇ ਜਾਂਦਾ, ਨਸਾਂ ਨੂੰ ਇੰਨਾ ਨਰਮ ਕਰ ਦਿੰਦਾ ਬੰਦੇ ਦੀ ਸਮੱਸਿਆ। ਮੈਂ ਕਹਿੰਦਾ ਕੰਮ ਨਾ ਕਰੇ ਤੂੰ ਕਿ ਸਾਹਿਬ, ਪੈਸੇ ਵਾਪਸ ਦਿਓ ਤੂੰ, ਇੰਨਾ ਜ਼ਬਰਦਸਤ ਰਿਜ਼ਲਟ ਹੈ। ਹਾਂ ਇਹ ਇੱਦਾਂ ਤਾਂ ਕੋਈ ਗੱਲ ਕਹਿ ਨਹੀਂ ਸਕਦਾ, ਪਰ ਬੜੇ ਮਾਰਕੀਟ ਵਰਤਣੀ ਤੁਹਾਡੇ ਮੁਤਾਬਕ ਪਏ, ਤੁਹਾਡੇ ਮੁਤਾਬਕ ਹੋਊਗੀ ਜਿਵੇਂ ਅਸੀਂ ਦੱਸਾਂਗੇ। ਚੱਕ ਦਿੰਦੀ ਆ ਗਰੀਬੀ ਸਾਰੀ ਇਹ ਸਰੀਰ ਦੀ, ਇਹ ਦੇਖ ਲਓ ਵੀ ਇਹੋ ਜਿਹੀ ਚੀਜ਼ਾਂ ਨੇਗੀਆਂ। ਅਤੇ ਜਿਹੜਾ ਵੀ ਬੰਦੇ ਨੇ ਇੱਕ ਵਾਰ ਵਰਤ ਲਿਆ ਉਹ ਯਾਦ ਕਰੂਗਾ ਜ਼ਿੰਦਗੀ, ਇਹ ਘੱਟੋ ਘੱਟ ਸਾਲ ਭਰ ਨਹੀਂ ਮੁੱਕਣੀ। 25 ਗ੍ਰਾਮ ਦੀ ਇਹ ਪੈਕਿੰਗ ਹੈ, ਕਿੰਨੀ ਕੁ ਲਾਉਣੀ ਹੈ, 1 ਗ੍ਰਾਮ ਨਹੀਂ ਲੱਗਦੀ ਰੋਜ਼ ਦੀ ਹੈ ਜੀ। ਅਤੇ ਦਾਣੇ ਜਿੰਨੀ ਕਣਕ ਦੇ ਦਾਣੇ, ਬਸ ਕਣਕ ਦੇ ਦਾਣੇ ਜਿੰਨੀ ਲਾ ਕੇ ਧੁੰਨੀ ਦੇ ਆਲੇ ਦੁਆਲੇ ਮਾਲਸ ਕਰ ਦੇਣੀ ਆ, ਬਸ ਇੰਨੇ ਹੀ ਕੰਮ ਹੈ ਇਹਦਾ। ਜੇ ਕਿਸੇ ਨੇ ਟ੍ਰਾਇਲ ਲੈਣਾ ਹੋਵੇ, ਚਲੋ ਪਹਿਲਾਂ ਸਾਨੂੰ ਇਹ ਦੱਸੋ ਵੀ ਜੇ ਕਿਸੇ ਨੇ ਟ੍ਰਾਇਲ ਲੈਣਾ ਹੋਵੇ, ਵਰਤ ਕੇ ਦੇਖਣੀ ਹੋਵੇ, ਇੱਥੇ ਆ ਕੇ ਉਹ ਲਵਾ ਸਕਦਾ ਤੁਹਾਡੇ ਕੋਲ? ਮੈਂ ਫ੍ਰੀ ਲਾਊਂਗਾ, ਕੋਈ ਪੈਸਾ ਨਹੀਂ, ਕੋਈ ਪੈਸਾ ਨਹੀਂ, ਕਲੀਨਿਕ 'ਤੇ ਆਵੇ ਮੈਂ ਫ੍ਰੀ ਲਾਊਂਗਾ ਉਹਦੇ, 1-2 ਦਿਨ 4 ਦਿਨ ਆ ਕੇ ਲਵਾ ਕੇ ਲੈ ਜੇ, ਕੋਈ ਗੱਲ ਨਹੀਂ, ਕੋਈ ਪੈਸਾ ਨਹੀਂ ਲੈਂਦਾ। ਹੋਰ ਦੱਸੋ, ਇਹ ਵੀ ਸੇਵਾ ਹੀ ਹੈ ਹੈਂ, ਸਾਡੇ ਭੈਣ ਭਰਾ ਸਾਡਾ ਸਮਾਜ ਤੰਦਰੁਸਤ ਰਹੇਗਾ, ਤਾਂ ਹੀ ਅਸੀਂ ਬੈਠੇ ਰਹਾਂਗੇ, 2 ਪੈਸੇ ਤਾਂ ਹੀ ਕਮਾਵਾਂਗੇ ਹੈ ਜੀ, ਤਾਂ ਹੀ ਸਮਾਜ ਦੀ ਸੇਵਾ ਕਰਾਂਗੇ। ਸਾਡੇ ਸਮਾਜ ਹੀ ਨਹੀਂ ਰਹੇਗਾ ਤਾਂ ਸੇਵਾ ਕਿੱਦੋਂ ਕਰਾਂਗੇ ਹੈ ਜੀ। ਇਸ ਕਰਕੇ ਆਪਣੇ ਕੋਲ ਜੋ ਵੀ ਪ੍ਰੋਡਕਟ ਆ ਸਾਰੇ ਤੁਸੀਂ ਦੇਖ ਰਹੇ ਹੋ, ਆਹ ਸਾਡਾ ਗਰੀਸ ਹੈ, ਤੁਹਾਡੀ ਪਿਆਰ ਸਤਿਕਾਰ ਇੰਨਾ ਗਰੀਸ ਮਹਾਰਾਜ ਦੀ ਕਿਰਪਾ ਨਾਲ ਜਿਹਦੇ ਲਾ ਦਿੰਦੇ ਹਾਂ, ਉਹਨੇ ਮਸਾਜ ਕਰਕੇ ਇੰਨਾ ਖੁਸ਼ ਅਗਲਾ ਕਹਿੰਦਾ ਯਾਰ ਤੁਹਾਨੂੰ ਮੈਂ ਦਿਖਾ ਵੀ ਰਿਹਾ। ਮੈਨੂੰ ਵੀ ਧੰਨਵਾਦ ਦੇ ਫੋਨ ਆਉਂਦੇ ਨੇ। ਹਾਂ ਮੈਂ ਉਹੀ ਕਹਿਣਾ ਨਾ, ਤੁਸੀਂ ਸਰਵਾਈਕਲ, ਤੁਹਾਨੂੰ ਸਮੱਸਿਆ ਸੀ ਸਰਵਾਈਕਲ ਦੀ, ਤੁਸੀਂ ਮੈਨੂੰ ਕੀ ਕਿਹਾ ਜੀ ਫਰੂਕੀ ਸਾਹਿਬ ਨੇ, ਇਹ ਕਿਹਾ ਜੀ ਪ੍ਰਧਾਨ ਜੀ ਮੇਰੀ ਧੌਣ ਬੜੀ ਦਰਦ ਕਰਦੀ, ਡਰਾਈਵਿੰਗ ਬੜੀ ਹੁੰਦੀ ਕਰਦੇ ਹਾਂ, ਤੁਹਾਨੂੰ ਮੈਂ ਕੀ ਕਿਹਾ 2 ਵਾਰਾ ਮਿਲੋ, ਮਿਲਿਆ ਤਾਂ ਤੁਹਾਡਾ ਦਰਦ ਕਿੱਥੇ ਗਿਆ, ਤੁਸੀਂ ਆਪਣੇ ਦੱਸੋਗੇ ਨਾ। ਚਲੋ ਠੀਕ ਹੈ ਜੀ ਆਪਾਂ ਆਪਣੀ ਦੱਸੋ। ਹੋਰ ਮੇਰੇ ਕੋਲ ਇੰਨੇ ਭੈਣਾਂ ਭਰਾ ਆਉਂਦੇ ਹੈ ਜਿਹਦੀ ਮੈਂ ਸਰਵਾਈਕਲ 2 ਵਾਰ ਮਿਲ ਦਿੰਦਾ, 3ਵਾਰ ਉਹ ਐਂ ਆਉਂਦਾ ਨਹੀਂ ਮੇਰੇ ਕੋਲ ਸਰਵਾਈਕਲ ਦੀ ਗੱਲ ਲੈ ਕੇ ਨਹੀਂ ਆਉਂਦਾ, ਉਹ ਕਹਿੰਦਾ ਵਾਕਈ ਬਣ ਗਈ ਗੱਲ ਯਾਰ। ਅਤੇ ਫਿਰ ਪ੍ਰਧਾਨ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ, ਮਿਲਣ ਦਾ ਕੀ ਢੰਗ ਹੈਗਾ ਜਾਂ ਇੱਥੇ ਆਉਣ ਦਾ ਕੀ ਪਤਾ ਹੈਗਾ, ਐਡਰੈਸ ਹੈਗਾ, ਕਾਫੀ ਲੋਕ ਮੈਨੂੰ ਫੋਨ ਕਰਕੇ ਪੁੱਛਦੇ ਨੇ। ਹਾਂ ਅਤੇ ਮੇਰਾ ਮਿਲਣ ਦਾ ਟਾਈਮ ਹੈ ਸੋਮ ਮੰਗਲਵਾਰ ਬੁੱਧਵਾਰ, 3 ਦਿਨ ਮੈਂ ਇੱਥੇ ਮੋਹਾਲੀ ਫੇਸ 3 ਗੁਰਦੁਆਰਾ ਭਾਈ ਜੈਤਾ ਜੀ ਫੇਸ 3 ਸੈਕਟਰ 53 ਦੇ ਵਿੱਚ ਮਿਲਦਾ, ਅਤੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ 3 ਦਿਨ ਮੈਂ ਬਰਨਾਲਾ ਸੇਖਾ ਰੋਡ 9 ਨੰਬਰ ਗਲੀ ਨਾਮਧਾਰੀ ਫਲੈਕਸ ਵਾਲਿਆਂ ਦੇ ਨਾਲ 3 ਦਿਨ ਮੈਂ ਉੱਥੇ, ਸੰਡੇ ਮੇਰਾ ਆਫ ਹੁੰਦਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਅਤੇ ਹਾਂ ਇੱਕ ਚੀਜ਼ ਰਹੇਗੀ, ਇੱਕ ਮੈਂ ਇਹ ਕਹਿਣਾ ਵੀ ਧੋਖੇ ਤੋਂ ਬਚੋ, ਉਹ ਵੀ ਮੈਂ ਕਹਿਣਾ ਚਾਹੁੰਦਾ ਪਹਿਲਾਂ। ਹਾਂ ਇੱਕ ਕੀ ਗੱਲ ਕਰਨੀ ਚਾਹੁੰਦੇ ਹੋ? ਮੈਂ ਇਹ ਕਹਿਣਾ ਵੀ ਭਾਈ ਸਾਹਿਬ ਕਈ ਬੰਦੇ ਇਹਦੇ ਨਾਂ 'ਤੇ ਬਣਾਉਣ ਨੂੰ ਫਿਰ ਸਲਾਹ ਕਰਦੇ ਆ, ਬਣਾਉਣ ਬਾਰੇ ਸੋਚਦੇ ਆ, ਇਹਦੇ ਉੱਪਰ ਸਾਰਾ ਫਾਰਮੂਲਾ ਲਿਖਿਆ, ਪਹਿਲੀ ਗੱਲ ਤਾਂ ਇਹ ਬਣਦਾ ਨਹੀਂ, ਕਿਉਂ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਇਹ ਕੜਾਹੀ 'ਚ ਬਣਾ ਕੇ ਤਾਂ ਹੈ ਹੀ ਨਹੀਂ ਗਾ, ਇਹ ਪ੍ਰੋਸੈਸ 16 ਘੰਟੇ ਲਗਾਤਾਰ ਕੰਟੀਨਿਊ ਮਸ਼ੀਨਾਂ ਦੇ ਵਿੱਚ ਚੱਲਦਾ। ਠੀਕ ਹੈ, ਇਹ ਟੈਸਟ ਹੁੰਦਾ, ਲੈਬ ਟੈਸਟ ਹੁੰਦਾ, ਲੈਬ ਟੈਸਟ ਹੋਣ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਜਾਂਦੀ ਹੈ, ਕੋਈ ਇੱਦਾਂ ਦਾ ਨਹੀਂ ਹੈਗਾ ਇਹ। ਅਤੇ ਹਾਂ ਕਈ ਵਾਰ ਕਿਸੇ ਧੋਖਾ ਕੋਈ ਮੇਰਾ ਨਾਂ ਲੈ ਕੇ ਜਾਂ ਇੱਦਾਂ ਦੀ, ਪਹਿਲੀ ਗੱਲ ਤਾਂ ਇਹ ਮਿਲਣਾ ਨਹੀਂ, ਇਹ ਵੀ ਗਰੰਟੀ ਹੈ, ਕਿਤੋਂ ਮਿਲਣਾ, ਡੱਬੀ ਨਹੀਂ ਮਿਲਣੀ, ਬਾਹਲੀ ਗਾ ਗਰੀਸ ਤਾਂ ਦੂਰ ਦੀ ਗੱਲ, ਠੀਕ ਹੈ ਨਾ, ਅਤੇ ਡੱਬੀ ਨਹੀਂ ਮਿਲਣੀ। ਚੱਲ ਫਿਰ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਚੋਰ ਬਜ਼ਾਰੀ ਬੜੀ ਹੈ, ਇਸ ਕਰਕੇ ਸਾਡੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਵੀ ਧੋਖੇ ਤੋਂ ਬਚਿਓ, ਠੀਕ ਹੈ ਨਾ, ਜੋ ਸਹੀ ਚੀਜ਼ ਹੈ ਸਹੀ ਵਰਤੋ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ
ਸਮਾਜ ਸੇਵਕ ਪ੍ਰਧਾਨ ਜਿਹੜੇ ਭਾਈ ਜੇਤਾ ਜੀ ਗੁਰਦੁਆਰਾ ਫੇਸ 3 ਦੇ ਵਿੱਚ ਮੋਹਾਲੀ ਦੇ ਵਿੱਚ ਬੈਠਦੇ ਨੇ, ਸੇਖਾ ਰੋਡ ਦੇ ਉੱਤੇ ਵੀ ਇਹ ਮਿਲਦੇ ਨੇ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ। ਇਸ ਤੋਂ ਇਲਾਵਾ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਵੀਡੀਓ ਦੇਖ ਕੇ ਆਉਂਦਾ ਤਾਂ ਤੁਸੀਂ ਫੋਨ ਨੰਬਰ ਦੇ ਉੱਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਉਮੀਦ ਕਰਦਾ ਇਹ ਵੀਡੀਓ ਹੋਰਨਾਂ ਵੀਡੀਓ ਦੀ ਤਰ੍ਹਾਂ ਕਾਫੀ ਪਸੰਦ ਕਰੋਗੇ ਤੁਸੀਂ, ਅਤੇ ਇਹ ਵੀਡੀਓ ਨਾਲ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ। ਜਿਹੜਾ ਟ੍ਰਾਇਲ ਲੈਣਾ ਚਾਹੁੰਦੇ ਨੇ ਧੂਨੀ ਵਾਲੀ ਗਰੀਸ ਦਾ, ਪ੍ਰਧਾਨ ਜੀ ਦਾ ਕਹਿਣਾ ਕਿ ਇੱਥੇ ਆ ਕੇ ਉਹਨਾਂ ਕੋਲੋਂ ਕੋਈ ਵੀ ਪੈਸਾ ਜਿਹੜਾ ਨਹੀਂ ਲਿਆ ਜਾਏਗਾ, ਉਹ ਆ ਕੇ ਪਹਿਲਾਂ ਟੈਸਟ ਕਰਨ, ਉਸ ਤੋਂ ਬਾਅਦ ਉਹ ਫਿਰ ਇਹਦੇ 'ਤੇ ਵਿਸ਼ਵਾਸ ਜਾਂ ਭਰੋਸਾ ਉਹਨਾਂ ਦੇ ਨੁਸਖਿਆਂ ਦੇ ਫਾਰਮੂਲਿਆਂ 'ਤੇ ਉਹ ਕਰ ਸਕਦੇ ਨੇ। ਧੰਨਵਾਦ।